ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਕਸੈਸ ਟੂ ਪੰਜਾਬ ਤੇ ਮੈਂ ਤੁਹਾਡਾ ਦੋਸਤ ਦਵਿੰਦਰ ਸਿੱਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਬੱਚੇ ਆਪਣੇ ਕਰੰਟ ਅਫੇਅਰ ਅਨਾਲਿਸਿਸ ਸ਼ੋ ਸਿੱਧੂ ਦੇ ਸ਼ੋ ਦੇ ਵਿੱਚ ਅਮਰਿਤਪਾਲ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਗੀਤਾ ਕੰਬੋ ਜੀ ਵੈਰੀ ਗੁੱਡ ਮਾਰਨਿੰਗ ਜਸਟ ਮੇਕ ਸ਼ੋਰ ਦੈਟ ਥਿੰਕ ਕਿ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਐਮ ਆਈ ਆਡੀਬਲ ਆਵਾਜ਼ ਬੱਚੇ ਆ ਰਹੀ ਐ ਮਨ ਇੱਕ ਵਾਰੀ ਇਹ ਮੇਕ ਸ਼ੋਰ ਕਰ ਦੋ ਆਵਾਜ਼ ਆਪੂ ਜੇ ਆ ਰਹੀ ਹੈ ਗੁੱਡ ਮਾਰਨਿੰਗ ਲਾਈਟ ਯਸ਼ਵਜਾਜ ਵੈਰੀ ਗੁੱਡ ਮਾਰਨਿੰਗ ਸ਼ਿਵਮ ਗੁੱਡ ਮਾਰਨਿੰਗ ਸਿਮਰਨ ਕੌਰ ਵੈਰੀ ਗੁੱ ਅਸਲਾਮ ਵਾਲੇਕੁਮ ਲਓ ਜੀ ਗੁੱਡ ਮਾਰਨਿੰਗ ਨੈਂਸੀ ਗੁੱਡ ਮਾਰਨਿੰਗ ਸ਼ਿਵਮ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸੋ ਬੱਚੇ ਸੈਟਰਡੇ ਆ ਚੁੱਕਿਆ ਹੈ ਕੱਲ ਦੀ ਆਪਣੀ ਛੁੱਟੀ ਹੈ ਤੇ ਅੱਜ ਦੇ ਕਰੰਟ ਅਫੇਅਰ ਆਪਾਂ ਕਰਦੇ ਹਾਂ ਟਾਈਮ ਗੋਡੀ ਬਿਲਕੁਲ ਨਹੀਂ ਕਰਾਂਗੇ ਸਿੱਧਾ ਚੱਲਦੇ ਆ ਕਰੰਟ ਅਫੇਅਰ ਤੇ ਦੇਖਦੇ ਹਾਂ ਅੱਜ ਕੀ ਹੋਇਆ ਪਹਿਲੀ ਗੱਲ ਤੁਹਾਨੂੰ ਦੱਸ ਦਵਾਂ ਏਸ਼ੀਅਨ ਗੇਮਸ ਦੀ ਹਿਸਟਰੀ ਦੇ ਵਿੱਚ ਇੰਡੀਆ ਨੇ ਪਹਿਲੀ ਵਾਰ ਹੀ 100 ਮੈਡਲ ਜਿਹੜੇ ਜਿੱਤਲੇ ਨੇ ਆ ਹੁਣੇ ਰੀਸੈਂਟਲੀ ਅੱਜ ਦੀ ਹੋਈ ਬਿਲਕੁਲ ਰੀਸੈਂਟ ਦੀ ਨਿਊਜ਼ ਆਈ ਸੀ ਮੇਰੇ ਕੋਲੇ ਵੀ ਆਪਣੀ ਊਮਨ ਕਬੱਡੀ ਟੀਮ ਨੇ ਵੀ 골ਡ ਮੈਡਲ ਜਿੱਤ ਲਿਆ ਉਹ 골ਡ ਮੈਡਲ ਨਾਲ 100 ਮੈਡਲ ਆਪਣੇ ਟੋਟਲ ਹੋ ਚੁੱਕੇ ਨੇ ਠੀਕ ਹੈ ਜੀ ਸੋਸ਼ੀਅਨ ਗੇਮਸ ਦੇ ਵਿੱਚ ਜਿਹੜੀ ਪਰਫਾਰਮੈਂਸ ਚੱਲ ਰਹੀ ਹੈ ਬੱਚਿਓ ਬਹੁਤ ਹੀ ਹਾਈ ਲੈਵਲ ਤੇ ਹਾਈ ਐਂਡ ਤੇ ਚੱਲ ਰਹੀ ਹੈ ਠੀਕ ਹੈ ਜੀ ਇਹਨੀ ਗੱਲ ਤੁਹਾਨੂੰ ਯਾਦ ਰੱਖਣਾ ਹਾਕੀ ਹਾਕੀ ਚ ਵੀ 골ਡ ਆ ਗਿਆ ਉਹ ਵੀ ਮੈਂ ਕਵਰ ਕਰਾਂ ਗੁੱਡ ਮਾਰਨਿੰਗ ਰੋਮਨ ਗੁਰਵੀਰ ਬਲਜੀਤ ਦਿਵਾਨਾ ਸਤਿ ਸ਼੍ਰੀ ਅਕਾਲ ਲੋ ਵੀ ਸੈਸ਼ਨ ਨੂੰ ਸਟਾਰਟ ਕਰਦੇ ਆਂ ਤੇ ਸੈਸ਼ਨ ਨੂੰ ਸਟਾਰਟ ਕਰਨ ਤੋਂ ਪ ਹੁਣ ਦੇਖੋਗੇ ਬਾਅਦ ਚ ਦੇਖੋਗੇ ਲਾਈਕ ਕਰਨਾ ਬਹੁਤ ਜ਼ਰੂਰੀ ਹੈ ਹਰ ਰੋਜ਼ ਆਜਿਆ ਕਰੋ 10 ਵਜੇ ਲਾਈਵ ਲਓ ਜੀ ਦੇਖਦੇ ਆ ਭਾਈ 7 ਅਕਤੂਬਰ ਨੂੰ ਕੀ ਮਨਾਇਆ ਜਾਂਦਾ ਹੈ वर्ल्ड कॉटन ਡੇ ਵਿਸ਼ਵ ਰੂਹ ਦਿਵਸ ਵਿਸ਼ਵ ਰੂਹ ਦਿਵਸ ਮਨਾਇਆ ਜਾਂਦਾ ਹੈ ਬੱਚੇ ਰੂਹ ਦੀ ਖੇਤੀ ਏਰੀਆ ਆਫ ਵਾਈਟ 골ਡ ਪੰਜਾਬ ਦੇ ਵਿੱਚ ਕਿਹਨੂੰ ਕਹਿੰਦੇ ਨੇ ਦੱਸ ਦਿਓ ਮੈਨੂੰ ਏਰੀਆ ਆਫ ਵਾਈਟ 골ਡ ਮਾਨਸੇ ਨੂੰ ਕਹਿੰਦੇ ਨੇ ਹਨਾ ਜੀ ਇਧਰਲੇ ਆਪਣਾ ਜੇ ਆਪਣਾ ਸਾਊਥ ਆਫ ਪੰਜਾਬ ਜੇ ਦੇਖੀਏ ਪੰਜਾਬ ਦਾ ਪੰਜਾਬ ਦਾ ਮੈਪ ਦੇਖੀ ਤਾਂ ਪੰਜਾਬ ਦੇ ਬੱਚੇ ਆਹ ਵਾਲੀ ਬੈਲਟ ਦੇ ਵਿੱਚ ਆਵਲੀ ਬੈਲਟ ਦੇ ਵਿੱਚ ਬੱਚੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਹੈ ਆਪਣੀ ਕਪਾਹ ਦੀ ਖੇਤੀ ਹੁੰਦੀ ਹੈ ਰੂੰ ਦੀ ਫਜ਼ਿਲਕਾ ਹੋ ਗਿਆ ਹਨਾ ਜੀ ਇੱਧਰਲੇ ਪਾਸੇ ਫਿਰ ਬਠਿੰਡਾ ਹੋ ਗਿਆ ਫਿਰ ਮਾਨਸਾ ਸੰਗਰੂਰ ਇੱਧਰਲੇ ਪਾਸੇ ਹੋ ਗਿਆ ਨਾ ਸੋ ਇਹ ਸਾਰੀਆਂ ਗੱਲਾਂ ਯਾਦ ਰੱਖਣੇ ਨੇ ਮਾਨਸਾ ਸ਼ਾਬਾਸ਼ ਬਹੁਤ ਵਧੀਆ ਸੋ ਵਰਲਡ ਕਾਟਨ ਡੇ ਮਨਾਇਆ ਜਾਂਦਾ ਬੱਚੇ ਉਸ ਤੋਂ ਬਾਅਦ ਬਸ ਇਹਦੀ ਥੀਮ ਯਾਦ ਰੱਖ ਲੈ ਹੋਰ ਕੁਝ ਨਹੀਂ ਥੀਮ ਕੀ ਆ ਮੇਕਿੰਗ ਕਾਟਨ ਫੇਅਰ ਐਂਡ ਸਸਟੇਨੇਬਲ ਫੋਰ 올 fromParams ਫਾਰਮ ਟੂ ਫੈਸ਼ਨ ਇੱਕ ਕਮਰਸ਼ੀਅਲ ਕ੍ਰੋਪ ਆ ਬੱਚੇ industries ਦੇ ਵਿੱਚ ਜਿਹੜੀ ਹੂੰਦੀ ਬਹੁਤ ਜ਼ਿਆਦਾ ਜਿਹੜੀ ਹੈ ਯੂਸ ਹੁੰਦੀ ਹੈ ਤੇ ਬਾਕੀ कॉटन ਦੇ ਸੰਬੰਧਿਤ ਮੈਂ ਤੁਹਾਨੂੰ 2-4 ਪੁਆਇੰਟਸ ਹੋਰ ਦੱਸ ਦਿੰਨਾ ਬੱਚੇ ਕਿ कॉटन ਦੀ ਖੇਤੀ ਬੈਸਟ ਹੁੰਦੀ ਹੈ ਬੱਚੇ ਬਲੈਕ ਸੋਇਲ ਤੇ ਬਲੈਕ ਸੋਇਲ ਬਲੈਕ ਸੋਇਲ ਦੇ ਵਿੱਚ ਬੈਸਟ ਖੇਤੀ ਹੁੰਦੀ ਹੁੰਦੀ ਹੈ ਇਹਦੀ ਤੇ ਜੇ ਆਪਾਂ ਬਲੈਕ ਸੋਇਲ ਦੀ ਡਿਸਟ੍ਰੀਬਿਊਸ਼ਨ ਦੇਖੀਏ ਪੂਰੀ ਇੰਡੀਆ ਦੇ ਵਿੱਚ ਤਾਂ ਬੱਚੇ ਇੱਥੇ ਡੈਕਨ ਟ੍ਰੈਪ ਦੇ ਵਿੱਚ ਜਿਹੜੀ ਹੈ ਡੈਕਨ ਟ੍ਰੈਪ ਦੇ ਵਿੱਚ ਬੱਚੇ ਇੱਥੇ ਕੀ ਮਿਲਦੀ ਆ ਆਪਾਂ ਨੂੰ ਬਲੈਕ ਸੋਇਲ ਬਲੈਕ ਸੋਇਲ ਦਾ ਏਰੀਆ ਜਿਹੜਾ ਸਭ ਤੋਂ ਜ਼ਿਆਦਾ ਇੱਥੇ ਮਿਲਦਾ ਠੀਕ ਹੈ ਜੀ ਇੱਥੇ ਸਭ ਤੋਂ ਵੱਧ ਕਪਾਹ ਦੀ ਖੇਤੀ ਵਧੀਆ ਕੀਤੀ ਜਾਂਦੀ ਹੈ ਤੇ ਉਸ ਤੋਂ ਇਲਾਵਾ ਬੱਚੇ ਇਹਨਾਂ ਨੂੰ ਜਿਹੜਾ ਕਲਾਈਮੇਟ ਚਾਹੀਦਾ ਹੁੰਦਾ ਨਾ ਉਹ ਵੀ ਬੜਾ ਜ਼ਬਰਦਸਤ ਚੀਜ਼ ਹੈ ਇਹਨੂੰ ਪਾਣੀ ਆਪਣੇ ਰੂਟ ਤੇ ਚਾਹੀਦਾ ਮਤਲਬ ਉੱਪਰੋਂ ਨਹੀਂ ਦੇ ਦੇ ਉੱਤੇ ਪੈਣਾ ਚਾਹੀਦਾ ਮੀਂਹ ਤਾਂ ਫਿਰ ਤੁਹਾਨੂੰ ਪਤਾ ਹੀ ਖੇਤੀ ਖਰਾਬ ਹੋ ਜੂਗੀ ਇਹਨੂੰ ਥੱਲੇ ਚਾਹੀਦਾ ਰੂਟ ਤੇ ਚਾਹੀਦਾ ਸਰਫੇਸ ਤੇ ਚਾਹੀਦਾ ਠੀਕ ਹੈ ਜੀ ਪਾਣੀ ਸੋ ਇਹ ਗੱਲਾਂ ਸਾਰੀਆਂ ਯਾਦ ਰੱਖਣੀਆਂ ਨੇ ਥੋੜਾ ਜਿਹਾ ਡਰਾਈ ਕਲਾਈਮੇਟ ਚਾਹੀਦਾ ਬੱਚੇ ਇਹਨਾਂ ਨੂੰ ਤਾਂ ਕਰਕੇ ਇਹ ਵੀ ਗੱਲ ਯਾਦ ਰੱਖ ਲਿਓ ਜੀ ਸੋ World Cotton Oil ਉਸ World Cotton Day ਆਪਾਂ 7 ਅਕਤੂਬਰ ਦਾ ਬੱਚੇ ਮਨਾ ਲਿਆ ਜੀ लेट्स 무ਵ ਫਾਰਵਰਡ ਤੇ ਆਪਾਂ ਅੱਗੇ ਦੇਖਦੇ ਹਾਂ ਕੀ ਲੋ ਜੀ ਪ੍ਰਾਈਮ ਮਿਨਿਸਟਰ ਨਰਮੋਦੀ ਜੀ ਨੇ ਬੱਚੇ ਇੱਕ MP ਦੇ ਵਿੱਚ ਨਾ ਇੱਕ ਤੁਸੀਂ ਕਹਿ ਲਓ ਵੀ ਦਿਵਿਆਂਗ ਜਨਾ ਵਾਸਤੇ ਇੱਕ ਨਵਾਂ ਸਟੇਡੀਅਮ ਲਾਂਚ ਕੀਤਾ ਇਸ ਕਰਕੇ ਨਿਊਜ਼ ਵਿੱਚ ਹੈ ਤਾਂ ਆਪਾਂ ਇਹਨੂੰ ਕਵਰ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਜੀ ਲੋ ਜੀ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਨੈਗਰੇਟ ਕੀਤਾ ਕੰਟਰੀ ਦਾ ਪਹਿਲਾ ਹਾਈ ਟੈਕ ਸਪੋਰਟਸ ਟ੍ਰੇਨਿੰਗ ਸੈਂਟਰ ਸਪੈਸ਼ਲੀ ਬੱਚੇ ਜਿਹੜਾ ਇਹ ਦਿਵਿਆਂਗ ਜਨਾ ਵਾਸਤੇ ਜਿਹੜਾ ਹੈ ਬਣਾਇਆ ਗਿਆ ਹੈ ਹਨਾ ਜੀ ਉੱਥੇ ਉਹਨਾਂ ਦੀ ਟ੍ਰੇਨਿੰਗ ਵਗੈਰਾ ਹੋਊਗੀ ਤੇ ਜਿਹੜਾ ਆਟੋਨਮਸ ਜਿਹੜੀ ਹੈ ਬੱਚੇ ਇੱਥੋਂ ਚੱਲਦਾ ਸੌਰੀ ਇੱਥੋਂ ਚੱਲਦਾ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਜੀ ਨੇ ਕੰਟਰੀ ਦਾ ਪਹਿਲਾ ਹਾਈ ਟੈਕ ਸਪੋਰਟਸ ਸੈਂਟਰ ਟ੍ਰੇਨਿੰਗ ਸੈਂਟਰ ਫॉर ਦਿਵਿਆਂਗ ਜਨ ਕੰਟਰੀ ਦਾ ਪਹਿਲਾ ਦਿਵਿਆਂਗ ਜਨਾ ਵਾਸਤੇ ਹੈ ਬੱਚੇ ਹੈਂਡੀਕੈਪ ਬੰਦੇ ਵਾਸਤੇ ਇਸ ਕਰਕੇ ਨਿਊਜ਼ ਵਿੱਚ ਹੈ ਵੀ ਕਈ ਵਾਰੀ ਪੁੱਛੇ ਲੈਣਗੇ ਵੀ ਇੰਡੀਆ ਦਾ ਪਹਿਲਾ ਹਾਈ ਟੈਕ ਸਪੋਰਟ ਸੈਂਟਰ ਫੋਰ ਦਿਵਿਆਂਗ ਜਨਸ ਕਿੱਥੇ ਬਣਿਆ ਐ ਐਮਪੀ ਚ ਬਣਿਆ ਐ ਜਿੱਥੇ ਇਹਨਾਂ ਨੇ ਈ-ਸਪੋਰਟਸ ਅਕੈਡਮੀ ਬਣਾਈ ਸੀ ਨਾ ਐਮਪੀ ਦੇ ਵਿੱਚ ਉਹ ਵੀ ਆਪਰਾ ਕੀਤਾ ਸੀ ਲੋ ਜੀ ਏਮ ਕੀ ਹੈ ਬੱਚੇ ਇਕੁਅਲ ਓਪਰਚ्युनिटीज ਇਨ ਸਪੋਰਟਸ ਪ੍ਰੋਵਾਈਡ ਕਰਨੀਆਂ ਸਪੋਰਟਸ ਦੇ ਵਿੱਚ ਇਕੁਅਲ ਓਪਰਚ्युनिटीज ਪ੍ਰੋਵਾਈਡ ਕਰਨੀਆਂ ਇਹਦਾ ਮੇਨ ਮਕਸਦ ਹੈ ਜੀ ਨਾਮ ਕੀ ਰੱਖਿਆ ਦਾ ਅਟਲ ਬਿਹਾਰੀ ਟ੍ਰੇਨਿੰਗ ਸੈਂਟਰ ਫੋਰ ਦਿਵਿਆਂਗ ਸਪੋਰਟਸ ਯਾਦ ਰੱਖਣਾ ਨਾਮ ਕੀ ਰੱਖਤਾ ਅਟਲ ਬਿਹਾਰੀ ਬਾਜਪਈ ਦੇ ਉੱਤੇ ਫਾਰਮਰ ਪ੍ਰੈਸਿਡੈਂਟ ਪ੍ਰਾਈਮ ਮਿਨਿਸਟਰ ਆਫ ਇੰਡੀ ਠੀਕ ਹੈ ਜੀ ਇਸ ਗੱਲ ਨੂੰ ਯਾਦ ਰੱਖੋਗੇ ਬੱਚੇ ਤੇ ਬੱਚੇ ਸਟੇਟ ਆਫ ਦਿ ਆਰਟ ਹੈ ਆਟੋਨਮਸ ਬਾਡੀ ਹੋਗੀ ਬੱਚੇ ਹੈ ਜਿਹੜੀ ਕਿ ਡਿਪਾਰਟਮੈਂਟ ਆਫ ਏਮਪਾਵਰਮੈਂਟ ਆਫ ਪਰਸਨਸ ਵਿਦ ਡਿਸੇਬਿਲिटीज ਅੰਡਰ ਦ ਮਿਨਿਸਟਰੀ ਆਫ ਸੋਸ਼ਲ ਜਸਟੀਸ ਐਂਡ ਏਮਪਾਵਰਮੈਂਟ ਠੀਕ ਹੈ ਜੀ ਮਿਨਿਸਟਰੀ ਆਫ ਸੋਸ਼ਲ ਜਸਟੀਸ ਐਂਡ ਏਮਪਾਵਰਮੈਂਟ ਦੇ ਹੇਠ ਕਿਹੜਾ ਬੱਚੇ ਇੱਕ ਡਿਪਾਰਟਮੈਂਟ ਆ ਡਿਪਾਰਟਮੈਂਟ ਆਫ ਏਮਪਾਵਰਮੈਂਟ ਆਫ ਪਰਸਨ ਵਿਦ ਡਿਸੇਬਿਲिटीज ਉਹਦੇ ਅੰਡਰ ਇਹ ਜਿਹੜਾ ਹੈ ਸਟੇਡੀਅਮ ਬਣਾਇਆ ਗਿਆ ਬੱਚੇ ਗੱਲ ਯਾਦ ਰੱਖ ਲਓ ਜੀ ਲੋ ਮਿੱਤਰੋ ਇਹ ਵੀ ਹੋ ਗਿਆ ਦੋ ਨਿਊਜ਼ ਹੋ ਗਏ ਨੇ ਲੈਟਸ ਮੂਵ ਫਾਰਵਰਡ ਤੇ ਅੱਗੇ ਆ ਜਾਂਦਾ ਬੱਚੇ ਇੱਕ ਅਪੁਆਇੰਟਮੈਂਟ ਰਿਲੇਟਡ ਨਿਊਜ਼ ਸਿੰਪਲ ਫੈਕਟ ਯਾਦ ਰੱਖਣਾ ਜੀਆਈਸੀ ਜਰਨਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਜਰਨਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਜੀਆਈਸੀ ਰੇ ਇਹਦੇ ਬੱਚੇ ਨਵੇਂ ਚੇਅਰਮੈਨ ਤੇ ਐਮ ਡੀ ਨਿਯੁਕਤ ਕੀਤੇ ਗਏ ਨੇ ਰਾਮ ਸੁਆਮੀ ਐਨ ਰਾਮ ਸੁਆਮੀ ਐਨ ਬੱਚੇ ਪੁਆਇੰਟ ਕੀਤੇ ਗਏ ਨੇ ਚੇਅਰਮੈਨ ਤੇ ਐਮ ਡੀ ਕਿਹਦੇ ਜੀਆਈਸੀ ਰੇ ਦੇ ਠੀਕ ਹੈ ਜੀ ਜਰਨਲ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਹੈ ਬੱਚੇ ਇਹ ਕੰਪਨੀ ਆ ਇਦਾਂ ਦੇ ਦਿਖਦੇ ਨੇ ਇਹ ਜੀ ਆਪਣੇ ਰਾਮ ਸਵਾਮੀ ਹਾਂ ਜੀ ਬਸ ਇਹਦੇ ਵਿੱਚ ਹੋਰ ਕੁਝ ਨਹੀਂ ਯਾਦ ਰੱਖਣਾ ਬੱਚੇ ਹੋਰ ਕੁਝ ਵੀ ਨਹੀਂਗਾ ਅਪਾਇੰਟਮੈਂਟ ਰਿਲੇਟਡ ਨਿਊਜ਼ ਆ ਬਸ ਨਾਮ ਯਾਦ ਰੱਖਣਾ ਜੀ ਆਈਐਸ ਜੀਆਈਸੀ ਦੇ ਨਵੇਂ ਐਮ ਡੀ ਜਾਂ ਚੇਅਰਮੈਨ ਕੌਣ ਨੇ ਹਨਾ ਜੀ ਮਿਨਿਸਟਰੀ ਆਫ ਫਾਈਨਾਂਸ ਗਵਰਨਮੈਂਟ ਆਫ ਇੰਡੀਆ ਦੇ ਜਿਹੜਾ ਡਿਸੀਜਨ ਲੈਂਦਾ ਬੱਚੇ ਠੀਕ ਹੈ ਜੀ ਚੱਲ ਮੇਰੇ ਭਰਾ ਅਗਲੀ ਨਿਊਜ਼ ਤੇ ਚੱਲੀਏ ਲੋ ਜੀ ਬੱਚੇ ਹਾਕੀ ਦੇ ਖੇਡ ਦੇ ਵਿੱਚ ਬੱਚੇ ਹੁਣ ਜਿਹੜਾ ਏਸ਼ੀਅਨ ਗੇਮ ਚੱਲ ਰਹੀਆਂ ਸੀ ਉਹਦੇ ਵਿੱਚ ਆਉਣਾ ਫਾਈਨਲ ਦਾ ਮੁਕਾਬਲਾ ਬੱਚੇ ਕਿਦਾਂ ਹੋਇਆ ਸੀਗਾ ਜਾਪਾਨ ਨਾਲ ਜਾਪਾਨ ਨਾਲ ਮੈਚ ਹੋਇਆ ਸੀਗਾ ਆਪਣਾ ਫਾਈਨਲ ਏਸ਼ੀਅਨ ਗੇਮਸ ਦੇ ਵਿੱਚ ਤੇ ਏਸ਼ੀਅਨ ਗੇਮਸ ਦੇ ਵਿੱਚ ਆਪਣੀ ਜਿਹੜੀ ਇੰਡੀਅਨ ਹਾਕੀ ਟੀਮ ਹੈ ਬੱਚੇ ਉਹਨਾਂ ਨੇ 골ਡ ਮੈਡਲ ਜਿੱਤ ਲਿਆ 골ਡ ਮੈਡਲ ਜਿੱਤ ਲਿਆ ਬੱਚੇ ਬਹੁਤ ਜ਼ਰੂਰੀ ਗੱਲ ਹੈ ਸਸੇਕਾਲ ਜੀ ਸੋਨੀ ਪੀਓ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰੇ ਤੁਸੀਂ ਲੇਟ ਆ ਰਹੇ ਹੋ ਅੱਜ ਕੀ ਗੱਲ ਹੋ ਗਈ ਓਏ ਲਫੜੇ ਪੈਣਗੇ ਤੁਹਾਡੇ ਕੌਣ ਸਾ ਬੈਚ ਨੇ ਲਵਦੀਪ ਸਿੰਘ ਜੀ 올 ਸਟੇਟ 올 ਪੰਜਾਬ ਐਗਜ਼ਾਮਸ ਲਈ ਜਿਹੜਾ ਸਾਡਾ ਇੱਕੋ ਹੀ ਫਲੈਗਸ਼ਿਪ ਕੋਰਸ ਚੱਲ ਰਿਹਾ ਆ ਆਲਰੀਡੀ ਦੈਟ ਇਜ਼ ਪੰਜਾਬ A ਟੂ Z A ਟੂ Z ਪੰਜਾਬ ਬੈਚ ਡਿਸਕ੍ਰਿਪਸ਼ਨ ਜੇ ਲਿੰਕ ਦਿੱਤਾ ਹੋਇਆ ਤੁਸੀਂ ਉੱਥੋਂ ਮਾੜਾ ਜਿਹਾ ਮੱਥਾ ਮਾਰ ਕੇ ਐਕਸੈਸ ਲੈ ਸਕਦੇ ਹੋ ਤੁਹਾਨੂੰ ਵੀਡੀਓਜ਼ ਵਗੈਰਾ ਸਾਰੀਆਂ ਮਿਲ ਜਾਣਗੀਆਂ ਉਹਦੀਆਂ ਠੀਕ ਹੈ ਜੀ ਗੁੱਡ ਮਾਰਨਿੰਗ ਮਾਹੀ ਸੋਨੀ ਲੋ ਜੀ ਸੋ ਬੱਚੇ ਹਾਕੀ ਦਾ ਬੜਾ ਹੀ ਜ਼ਬਰਦਸਤ ਜਿਹੜੇ ਹੈ ਪਰਫਾਰਮੈਂਸ ਇਹਨਾਂ ਨੇ ਕੀਤੀ ਆਪਣੀ ਟੀਮ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚੇ 골ਡ ਮੈਡਲ ਜਿੱਤ ਲਿਆ ਠੀਕ ਹੈ ਜੀ ਹੁਣ ਉਸ ਨੂੰ ਮੈਂ ਐਂ ਦੱਸ ਦਉ ਮੇਰੇ ਤੋਂ ਪਹਿਲਾਂ ਨਰਸਰੀ ਆਫ ਫੁੱਟਬਾਲ ਨਰਸਰੀ ਆਫ hockey ਨੂੰ ਗਿਆ ਜਾਂਦਾ ਹੈ ਨਰਸਰੀ ਆਫ hockeyਿੱਥੋਂ ਬਹੁਤ ਹੀ ਜ਼ਿਆਦਾ ਇੰਟਰਨੈਸ਼ਨਲ ਪਲੇਅਰ ਇੰਡੀਆ ਦੇ ਵਿੱਚ ਲਈ ਖੇੜਦੇ ਨੇ ਜਿਹੜੇ ਉੱਥੇ ਤਿਆਰ ਹੁੰਦੇ ਨੇ ਨਰਸਰੀ ਆਫ hockey ਸ਼ਾਬਾਸ਼ ਸ਼ਾਬਾਸ਼ ਸੰਸਾਰਪੁਰ ਨੂੰ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਨਾ ਬਿਲਕੁਲ ਠੀਕ ਜੀ ਹਰਮਨਪ੍ਰੀਤ ਸਿੰਘ ਜੀ ਫਲੈਗ ਬੀਰਰ ਸੀ ਬਿਲਕੁਲ ਜੀ ਕਪਤਾਨ ਨੇ ਆਪਣੇ ਜਿਹੜੇ ਉਹੀ ਫਲੈਗ ਬੀਰਰਸ ਬੀਰਰਸ ਵੀ ਸੀਗੇ ਆਪਣਾ ਝੰਡਾ ਲੈ ਕੇ ਗਏ ਸੀ ਬੱਚੇ ਮੋਰੀ ਮੋਰੀ ਜਦੋਂ ਕੰਟਿਨਜੈਂਟ ਗਈ ਸੀ ਆਪਣੀ ਏਸ਼ੀਅਨ ਗੇਮਸ ਦੇ ਵਿੱਚ ਸ਼ਾਬਾਸ਼ ਬਹੁਤ ਵਧੀਆ ਵੈਰੀ ਗੁੱਡ ਜੀ ਸੰਸਾਰਪੁਰ ਵੈਰੀ ਗੁੱਡ ਜੀ ਲੋ ਜੀ ਅੱਗੇ ਮਹਾਲਪੁਰ ਫੁੱਟਬਾਲਾ ਜੀ ਲਾਈਟ ਬਿਲਕੁਲ ਠੀਕ ਹੈ ਜੀ ਸੋ ਗੱਲ ਯਾਦ ਰੱਖ ਲਿਓ ਬੱਚੇ ਕਿ ਇੰਡੀਆ ਨੇ ਇੰਡੀਅਨ ਦੀ ਹਾਕੀ ਟੀਮ ਨੇ ਬੱਚੇ 골ਡ ਮੈਡਲ ਜਿੱਤ ਲਿਆ ਜੀ ਹਨਾ ਜੀ ਤੇ ਟੈਲੀ ਦੇ ਵਿੱਚ ਇੱਕ ਹੋਰ ਐਡ ਕਰ ਲਿਆ ਪੰਜ ਗੋਲ ਮਾਰੇ ਨੇ ਬਾਈ ਉਹਨਾਂ ਦੇ ਜਿਹੜੇ ਹੈ ਆਰਾਊਂਡ ਇੱਕੋ ਹੀ ਗੋਲ ਸੀਗਾ ਤੇ ਹੁਣ ਏ ਦੇ ਵਿੱਚ 골ਡ ਜਦੋਂ ਆਇਆ ਆਪਣੈਸ਼ਨ ਗੇਮਸ ਦੇ ਵਿੱਚ ਹੁਣ ਸਾਡੇ ਕੋਲੇ ਹਾਕੀ ਦੇ ਵਿੱਚ ਚਾਰ ਵਾਰ ਸਾਨੂੰ ਜਿਹੜਾ ਹੈ 골ਡ ਮੈਡ ਦਿੱਤੇ ਆ 2014 ਚ ਈਚਨ ਐਡੀਸ਼ਨ ਚ ਆਪਾਂ ਜਿੱਤਿਆ ਸੀਗਾ ਤੇ 68 ਤੇ 98 ਦੇ ਵਿੱਚ ਉਦੋਂ ਪਹਿਲਾਂ ਜਿੱਤਿਆ ਸੀ 골ਡ ਮੈਡਲ ਉਹ ਬੈਂਕਾਕ ਜਿੱਤਿਆ ਸੀ ਉਸ ਤੋਂ ਬਾਅਦ 2023 ਵਾਲਾ ਆ ਗਿਆ 골ਡ ਹਨਾ ਜੀ ਚਾਰ ਓਵਰਆਲ 골ਡ ਲੋ ਜੀ ਅਗਲੇ ਆਪਾਂ ਨਿਊਜ਼ ਤੇ ਚੱਲਦੇ ਆਂ ਬੱਚਿਓ ਲੈ ਤੈਨੂੰ ਕੀ ਹੋ ਗਿਆ ਹਾਂ ਲੈਟਸ ਮੁਵ ਟੂ ਨੈਕਸਟ ਬੱਚੇ ਆ ਆਰਚਰੀ ਦੀ ਟੀਮ ਆਰਚਰੀ तीर अंदाजी ਦੀ ਬੱਚੇ ਕੰਬਾਈਨਡ ਟੀਮ ਕੰਬਾਈਨਡ ਇਵੈਂਟ ਜਿਹੜਾ ਸੀਗਾ ਜਿਹਦੇ ਵਿੱਚ ਕੰਪਾਉਂਡ ਟੀਮ ਸੀ ਅਭਿਸ਼ੇਕ ਵਰਮਾ ਦੀ ओजस ਦਿਓਤਲ ਤੇ ਪ੍ਰਥਮੇਸ਼ ਜੋਕਰ ਇਹਨਾਂ ਤਿੰਨਾਂ ਨੇ ਬੱਚੇ ਸਿਰਾ ਕਰਾਤਾ ਇਹਨਾਂ ਦਾ ਫਾਈਨਲ ਪੈ ਗਿਆ ਸੀ ਮੁਕਾਬਲਾ ਸਾਊਥ ਕੋਰੀਆ ਨਾਲ ਸਾਊਥ ਕੋਰੀਆ ਨਾਲ ਹੀ ਪਿਆ ਸੀ ਤੇ ਉਹਨਾਂ ਨੂੰ ਹਰਾਤਾ ਇਹਨਾਂ ਨੇ ਸਾਊਥ ਕੋਰੀਆ ਨੂੰ ਹਰਾਇਆ ਬੱਚੇ ਇਹਨਾਂ ਨੇ ਹਾਂ ਕੋਰੀਅਨ ਸੀਗੇ ਹਾਂਜੀ ਤੇ ਸਰਾ ਹੀ ਕਰਾਤਾ ਜੀ ਬਸ ਪੁਆਇੰਟ ਤੇ ਪੁਆਇੰਟ ਮਾਰ ਗਏ ਪੁਆਇੰਟ ਤੋਂ ਪੁਆਇੰਟ ਮਾਰ ਗਏ ਤਿੰਨਾਂ ਨੇ ਬੱਚੇ ਕੰਪਾਉਂਡ ਟੀਮ ਨੇ 골ਡ ਮੈਡਲ ਜਿੱਤ ਲਿਆ ਸਿੰਪਲ ਗੱਲ ਹੈ ਨਾਮ ਯਾਦ ਰੱਖਣੇ ਨਾਮ ਤੁਸੀਂ ਯਾਦ ਰੱਖ ਲਿਓ ਤੇ ਇਹਨਾਂ ਦੀ ਖਾਸ ਗੱਲ ਬਾਤ ਇੱਕ ਹੋਰ ਹੈ ਕਿ ਜਦੋਂ ਇੰਡੀਵਿਜੂਅਲ ਇਵੈਂਟ ਹੋਏ ਸੀ ਉਹਦੇ ਵਿੱਚ ਵੀ ਆਪਣੇ ਜਿਹੜਾ ਹੈ 골ਡ ਮੈਡਲ ਆਇਆ ਇਹਨਾਂ ਤਿੰਨਾਂ ਚੋਂ ਇੱਕ ਬੰਦਾ ਹੋ ਦਿਖਾਉਣਾ ਹੈ ਲੋ ਜੀ ਆ ਦੇਖਿਓ ਇੰਡੀਆਸ ઓਜਸ ਡਿਊਟੋਲ ਇਹ ਬੰਦੇ ਨੇ ਬੱਚੇ ਆਰਚਰੀ ਦੇ ਵਿੱਚ 골ਡ ਮੈਡਲ ਦਿੱਤਾ ਅਭਿਸ਼ੇਕ ਵਰਮਾ ਸਿਲਵਰ ਲੈ ਗਿਆ ਸੇਮ ਇਵੈਂਟ ਦੇ ਵਿੱਚ ਯਾਨੀ ਕਿ ਜਦੋਂ ਅਪਾ ਜੈਵਲਿਨ ਥਰੋ ਦੇ ਦੇਖਿਆ ਸੀ ਨਾ ਨੀਰੋ ਚੋਪੜਾ ਸੀ ਇੱਕ ਹੋਰ ਸੀ ਬੰਦਾ ਸੀਗਾ ਜੈਨੀ ਕੁਸ਼ਕ ਕਰਕੇ ਸੀਗਾ ਨਾ ਆਪਾਂ ਗੱਲ ਕੀਤਾ ਸੀ 골ਡ ਤੇ ਸਿਲਵਰ ਸੀਗਾ ਐਵੇਂ ਬੱਚੇ ਹੁਣ ਇੰਡੀਵਿਜੂਅਲ ਇਵੈਂਟ ਦੇ ਵਿੱਚ ਵੀ ਇਹਨਾਂ ਨੇ ਓਜਸ 골ਡ ਲੈ ਗਿਆ ਤੇ ਅਭਿਸ਼ੇਕ ਜਿਹੜਾ ਹੈ ਸਿਲਵਰ ਲੈ ਗਿਆ ਓਵਰਆਲ ਇਹਨੇ ਕੰਪਾਉਂਡ ਟੀਮ ਸੀ ਜਿਹੜੀ ਇਹਨਾਂ ਦੀ ਤਿੰਨ ਬੰਦਿਆਂ ਦੀ ਉਹਦੇ ਚ ਇਹਨਾਂ ਕੋਲ 골ਡ ਹੈਗਾ ਹੀ ਹੈਗਾ ਸੀ ਇੰਡੀਵਿਵਿਜੂਅਲ ਚ ਸਿਲਵਰ ਤੇ 골ਡ ਵੀ ਇਹੀ ਲੈ ਗਏ ਹਨਾ ਜੀ ਉਸ ਤੋਂ ਬਾਅਦ ਤੁਸੀਂ ਕੱਲ ਆਪਾਂ ਦੇਖਿਆ ਸੀ ਜੋਤੀ ਸੁਰੇਖਾ ਵੈਨਮ ਜਿਨ੍ਹਾਂ ਨੇ ਬਚੇ ਤਿੰਨ ਬੰਦਿਆਂ ਨਾਲ ਕੰਪਾਉਂਡ ਟੀਮ ਆਰਚਰੀ ਦੇ ਵਿੱਚ 골ਡ ਜਿੱਤਿਆ ਸੀ ਤੇ ਇੰਡੀਵਿਜੂਅਲੀ ਇਹਨਾਂ ਨੇ ਆਪਣਾ ਵੀ 골ਡ ਜਿੱਤਿਆ ਠੀਕ ਹੈ ਜੀ ਆਪਣਾ ਵੀ 골ਡ ਜਿੱਤਿਆ ਇਹਨਾਂ ਨੇ ਇੰਡੀਵਿਜੂਅਲੀ ਸੋ ਇਹਨਾਂ ਨੇ ਵੀ 골ਡ ਲਿਆਇਆ ਸੋ ਸਿਰੇ ਕਰਾਈ ਜਾਂਦੇ ਨੇ ਬੱਚੇ ਆਪਣੇ ਵਾਲੇ ਬੰਦੇ ਐਦਾਂ ਦੀ ਪਰਫਾਰਮੈਂਸ ਆਪਣੀ ਕਦੇ ਹੋਈ ਹੋਈ ਨਹੀਂ ਹੈਗੀ ਠੀਕ ਹੈ ਜੀ ਸੋ ਇਸ ਕਰਕੇ ਇਹਨੂੰ ਸਾਰੀਆਂ ਗੱਲਾਂ ਨੂੰ ਯਾਦ ਰੱਖਣਾ ਹੈ ਤੇ ਉਸ ਤੋਂ ਬਾਅਦ ਬੱਚੇ ਮੈਂ ਆ ਇੱਕ ਨਿਊਸ ਉਹਨਾਂ ਨਾਲ ਸ਼ੇਅਰ ਕਰ ਦਵਾਂ ਸਾਤਵਿਕ ਤੇ ਚਿਰਾਗ ਦੀ ਜੋੜੀ ਬੈਡਮਿੰਟਨ ਦੇ ਵਿੱਚ ਬੱਚੇ ਡਬਲਸ ਦੇ ਵਿੱਚ ਬਹੁਤ ਜ਼ਬਰਦਸਤ ਜੋੜੀ ਹੈ ਬੱਚੇ ਕਈ ਵਾਰ ਨੇ ਇੰਡੋ ਤੇ ਹੋਰ ਕਈ ਚੈਂਪੀਅਨਸ਼ਿਪ ਇਨਰ ਜਿੱਤੇ ਨੇ ਤੇ ਹੁਣ ਇਹ ਬੱਚੇ ਇੰਡੀਆ ਦਾ ਫਰਸਟ ਪੇਅਰ ਬਣ ਚੁੱਕਿਆ ਹੈ ਜਿਹੜਾ ਮੈਂਸ ਡਬਲ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚ ਗਿਆ ਹੈ ਏਸ਼ੀਆਰ ਦੀ ਹਿਸਟਰੀ ਦੇ ਵਿੱਚ ਏਸ਼ੀਅਨ ਗੇਮਸ ਦੀ ਹਿਸਟਰੀ ਦੇ ਵਿੱਚ ਇੰਡੀਆ ਦਾ ਕੋਈ ਬੈਡਮਿੰਟਨ ਪੇਅਰ ਆਜ ਤੱਕ ਇਹ ਫਾਈਨਲ ਚ ਪਹੁੰਚਿਆ ਹੀ ਨਹੀਂ ਬਟ ਆ ਆਪਣੇ ਪਹੁੰਚ ਗਏ ਨੇ ਯਾਨੀ ਕਿ ਸਿਲਵਰ ਤਾਂ ਪੱਕਾ ਹੀ ਪੱਕਾ ਹੈ 골ਡ ਦਾ ਪਤਾ ਲੱਗ ਜਾਊਗਾ ਵੀ ਆਊਗਾ ਕਿ ਨਹੀਂ ਠੀਕ ਹੈ ਜੀ ਇਸ ਕਰਕੇ ਬੜਾ ਜ਼ਰੂਰੀ ਹੈ ਨੂੰ ਯਾਦ ਰੱਖਿਓ ਹਾਂਜੀ ਸੱਤਵੇਂ ਰੈਡੀ ਚਿਰਾਗ ਛੱਟੀ ਬਿਲਕੁਲ ਜੀ ਹਾਂ ਫਰਸਟ ਟਾਈਮ ਇਨ ਹਿਸਟਰੀ ਬਿਲਕੁਲ ਜੀ ਮੋਦੀ ਦਾ ਹੀ ਕਮਾਲ ਹੈ ਵੀਰੇ ਇਹ ਜੋ ਮਰਜੀ ਕਹਿ ਲੋ ਅੱਗੇ ਪਹੁੰਚਦੇ ਬੱਚੇ ਆ ਆ ਗਏ ਆਪਣੇ ਬੱਚੇ ਇੰਡੀਆ ਦੀ ਕਬੱਡੀ ਟੀਮ ਪਰ ਊਮਨਸ ਵਾਲੀ ਮੈਨਸ ਵਾਲੇ ਵੀ ਜਿੱਤਣਗੇ ਆਪਾਂ ਤਾਂ ਕਦੇ ਹਾਰੇ ਨਹੀਂਗੇ ਕਬੱਡੀ ਦੇ ਵਿੱਚ ਮੈਨਸ ਵਾਲੇ ਵੀ ਜਿੱਤਣਗੇ ਉਹ 골ਡ ਵੀ ਜੜੂਗਾ ਠੀਕ ਹੈ ਜੀ ਬਟ ਫਿਲਹਾਲ ਆ ਪੱਕਾ ਹੋ ਗਿਆ ਜੀ ਇੰਡੀਆ ਦਾ ਬੱਚੇ ਫਾਈਨਲ ਚਾਈਨਸ ਨਾਲ ਪਿਆ ਸੀਗਾ ਤੇ ਚਾਈਨਾ ਵਾਲੇ ਹਰਾਤੇ ਉਹ ਕਹਿੰਦੇ ਵੀਰੇ ਤੁਹਾਨੂੰ ਨਹੀਂ ਪਤਾ ਇੰਡੀਆ ਵਾਲੇ ਕਬੱਡੀ ਕਬੱਡੀ ਤਾਂ ਹਰਾ ਹੀ ਦਿੰਦੇ ਨੇ ਲਫੜੇ ਲੁਫੜੇ ਤਾਂ ਲਾਈ ਦਿੰਦੇ ਨੇ ਠੀਕ ਹੈ ਜੀ ਹੱਥ ਹੱਥ ਵਾਲੀ ਜੀ ਲੜਾਈ ਹੋਵੇ ਨਾ ਚਾਈਨ ਵਾਲਿਆਂ ਨੂੰ ਫਟਕਾ ਦਾਂਗੇ ਆਪਾਂ ਹਨਾ ਜੀ ਇੰਡੀਆ ਵਰਸਸ ਚਾਈਨ ਦਾ 5 ਵਜੇ ਕਬੱਡੀ ਹਾਈਲਾਈਟ ਦੇ ਵਿੱਚ ਇੰਡੀਆ ਵੂਮਨ ਟੀਮ ਨੇ ਬੱਚੇ 골ਡ ਮੈਡਲ ਜਿੱਤ ਲਿਆ ਤੇ 100ਵਾਂ ਮੈਡਲ ਸਕਿਉਰ ਕੀਤਾ ਹੈ ਠੀਕ ਹੈ ਜੀ ਸੋ ਇਹ ਗੱਲ ਯਾਦ ਰੱਖਿਓ 100 ਦਾ ਜਿਹੜਾ ਹੈ ਆਪਾਂ ਨੇ ਟੀਚਾ ਵੀ ਅਚੀਵ ਕਰ ਲਿਆ ਨਾਲ ਦੀ ਨਾਲ ਤੇ ਕਬੱਡੀ ਦੇ ਵਿੱਚ ਆਪਾਂ ਨੇ ਸਿਰਾ ਵੀ ਕਰਾਤਾ ਠੀਕ ਹੈ ਜੀ ਸ਼ਾਬਾਸ਼ ਹਾਂ ਚਲੋ ਜੀ ਬੱਚਿਓ ਅੱਗੇ ਪਹੁੰਚਦੇ ਆ ਜੀ ਤੇ ਅੱਗੇ ਪਹੁੰਚਦੇ ਆ ਬੱਚੇ ਇੱਕ ਨਿਊਜ਼ ਬੜੀ ਸੋਹਣੀ ਜੀ ਹੈ ਤੇ ਸੌਖੀ ਜੀ ਨਿਊਜ਼ ਹੈ ਬੱਚੇ ਐਮ ਐਸ ਧੋਨੀ ਦੀ ਐਮ ਐਸ ਧੋਨੀ ਦੇ ਆਪਾਂ ਹੁਣ ਤੱਕ ਦੇਖਿਆ ਸੀ ਬ੍ਰਾਂਡ ਮੈਸਟਰ ਬਿਲਕੁਲ ਰੀਸੈਂਟਲੀ ਵਾਈ ਕਾਮ ਨੇ ਬਣਾਇਆ ਸੀ ਇਹਨਾਂ ਨੂੰ ਤੇ ਸਵਰਾਜ ਟਰੈਕਟਰ ਨੇ ਬਣਾਇਆ ਸੀ ਹਨਾ ਜਮੀ ਜੇ ਆਪਾਂ ਰੀਸੈਂਟ ਦੀ ਗੱਲ ਕਰੀਏ ਸਵਰਾਜ ਟਰੈਕਟਰਸ ਨੇ ਬਣਾਇਆ ਸੀ ਤੇ ਹੁਣ ਬੱਚੇ ਇੱਕ ਹੋਰ ਕੰਪਨੀ ਆ ਗਈ ਆ ਤੇ ਉਹਨੇ ਇਨ ਮੁਹੰਮਦ ਸਿੰਘ ਮੁਹੰਮਦ ਕੀ ਬੋਲੀ ਆ ਰੇ ਮੈਂ ਮਹਿੰਦਰ ਸਿੰਘ ਧੋਨੀ ਨੂੰ ਵੀ ਬੱਚੇ ਫੇਰ ਦੁਬਾਰਾ ਬ੍ਰਾਂਡ ਮੈਸਟਰ ਬਣਾਇਆ ਉਹ ਨੇ ਬੱਚੇ ਐਮ ਐਸ ਧੋਨੀ ਨੂੰ ਅਪਾਇੰਟ ਕੀਤਾ ਐਜ਼ ਇਟਸ ਬ੍ਰਾਂਡ ਐਂਬੈਸਡਰ JioMart ਠੀਕ ਹੈ ਜੀ ਰਿਲਾਇੰਸ ਰਿਟੇਲ ਦਾ JioMart ਬੱਚੇ ਇਹਨੇ ਕੀ ਕਰ ਲਿਆ ਜੀ ਬ੍ਰਾਂਡ ਐਂਬੈਸਡਰ ਨਿਯੁਕਤ ਕਰ ਲਿਆ ਹੈ ਡਨ ਹੈ ਸ਼ਾਬਾਸ਼ ਹਾਂ ਬਹੁਤ ਵਧੀਆ ਜੀ JioMart Mahi JioMart Mahi Wacom Mahi Sonal Tractor Mahi ਚਲੋ ਜੀ ਹੁਣ ਆਪਾਂ ਇਹ ਵੀ ਇੱਕ ਸਿੰਪਲ ਨਿਊਜ਼ ਕਰ ਲਈਆ 让我们 মুভ ফরওয়ার্ড ਬੱਚੇ ਹੁਣ ਆਪਾਂ ਕਿੰਨੇ ਨੋਬਲ ਪ੍ਰਾਈਜ਼ ਕਰ ਲਏ ਨੇ ਨੋਬਲ ਪ੍ਰਾਈਜ਼ ਇਨ ਫਿਜ਼ੀਓਲੋਜੀ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਨੋਬਲ ਪ੍ਰਾਈਜ਼ ਇਨ ਕੈਮਿਸਟਰੀ ਨੋਬਲ ਪ੍ਰਾਈਜ਼ ਇਨ ਲਿਟਰੇਚਰ ਕਲਾਪਾ ਦੇਖੇ ਜੀ ਜੌਨ ਉਸ ਨੂੰ ਮਿਲਿਆ ਸੀਗਾ ਜੌਨ ਫੌਸੇ ਨੂੰ ਤੇ ਹੁਣ ਆ ਚੁੱਕਿਆ ਬੱਚੇ ਇੰਟਰਨੈਸ਼ਨਲ ਪੀਸ ਪ੍ਰਾਈਜ਼ ਨੋਬਲ ਪੀਸ ਪ੍ਰਾਈਜ਼ ਦ ਨੋਬਲ ਪੀਸ ਪ੍ਰਾਈਜ਼ ਨੋਬਲ ਪੀਸ ਪ੍ਰਾਈਜ਼ ਬੱਚੇ ਜਿੱਤਨੇ ਵਾਲੀ ਕੌਣ ਆ ਬੱਚੇ ਇਰਾਨੀਅਨ ਲੇਡੀ ਇਹ ਇਰਾਨ ਦੀ ਲੇਡੀ ਆ ਬੱਚੇ ਤੇ ਊਮਨ ਰਾਈਟਸ ਲਈ ਇਹਨਾਂ ਨੇ ਬਹੁਤ ਹੀ ਜ਼ਿਆਦਾ ਤਸ਼ੱਦਦ ਸਹੇ ਨੇ 31 ਸਾਲ ਦੀ ਜੇਲ੍ਹ 154 ਕੋੜੇ ਬਹੁਤ ਕੁਸ਼ ਸਿਆ ਹੈ ਨਾ 31 ਸਾਲ ਇਹਨਾਂ ਨੇ ਜਿਹੜਾ ਇਹ ਸੈਂਟੈਂਸ ਬੱਚੇ ਜਿੱਤਿਆ ਪੰਜ ਵਾਰ ਕਨਵਿਕਟ ਹੋਏ ਨੇ 13 ਵਾਰ ਅਰੈਸਟ ਹੋਏ ਨੇ 154 ਲੈਸ਼ਸ ਪਈਆਂ ਨੇ ਲੈਸ਼ੀ ਯਾਨੀ ਕੋੜੇ ਇਹ ਰਾਂਤ ਸ਼ਰੀਅਤ ਹੈ ਨਾ ਉੱਥੇ ਕੋੜੇ ਕੋੜੇ ਹਜੇ ਵੀ ਚੱਲ ਰਹੇ ਨੇ ਠੀਕ ਹੈ ਜੀ ਉਹ ਇਹ ਕੰਮ ਔਖਾ ਹੀ ਆ ਇੰਨੀਆਂ ਬੱਚੇ ਇਹਨਾਂ ਨੇ ਜਿਹੜੀਆਂ ਤਸ਼ੱਦਦ ਸਹੰਦੇ ਹੋਏ ਬਟ ਸਟਿਲ ਇਹਨਾਂ ਨੇ ਬੱਚੀ ਜਿਹੜੀ ਆਪਣੀ ਫਾਈਟ ਹੈ ਉਹ ਜਾਰੀ ਰੱਖੀ ਆ ਟੂ ਪ੍ਰਮੋਟ ਹਿਊਮਨ ਰਾਈਟਸ ਐਂਡ ਫਰੀडम ਟੂ ਅਗੇਂਸਟ ਟੂ ਫਾਈਟ ਅਗੇਂਸਟ ਅਪ੍ਰੈਸ਼ਨ ਆਫ ਊਮਨ ਨਾਮ ਕੀ ਜੀ ਨਰਗਿਸ ਮੁਹੰਮਦੀ ਨਰਗਿਸ ਮੁਹੰਮਦੀ ਬੱਚੇ 2023 ਦੀ ਨੋਬਲ ਪੀਸ ਪ੍ਰਾਈਜ਼ ਵਿਨਰ ਹੈ ਬੱਚੇ ਕਿਉਂਕਿ ਈਰਾਨ ਦੇ ਵਿੱਚ ਇਹਨਾਂ ਨੇ ਬਹੁਤ ਹੀ ਜ਼ਿਆਦਾ ਲੜਾਈ ਲੜੀ ਹੈ ਔਮਨ ਰਾਈਟਸ ਦੀ ਤੇ ਕਈ ਚੀਜ਼ਾਂ ਸਹੀਆਂ ਨੇ ਠੀਕ ਹੈ ਜੀ ਐਟ ਪਰਸਨਲ ਕੋਸਟ ਹੈ ਨਾ ਚੀਜ਼ਾਂ ਸਹੀਆਂ ਨੇ ਤੇ ਅੱਜ ਦੀ ਡੇਟ ਤੱਕ ਬੱਚੇ ਜੇ ਦੇਖਿਆ ਜਾਵੇ ਨੋਬਲ ਪੀਸ ਪ੍ਰਾਈਜ਼ ਦੇ ਵਿੱਚ ਬੱਚੇ ਜਿਹੜਾ ਸਭ ਤੋਂ ਯੰਗੇਸਟ ਰੈਸੀਪੀਐਂਟ ਹੈ ਤਾਂ ਨਾਮ ਯਾਦ ਰੱਖ ਲਿਓ ਮਲਾਨਾ ਯੂਸਫ ਜ਼ਾਏ ਹੈ ਮਲਾਨਾ ਮਲਾਲਾ ਯੂਸਫ ਜ਼ਾਏ ਜਿਹੜੀ ਬੱਚੇ 17 ਸਾਲੀ ਕੁੜੀ ਸੀ ਉਹਨੂੰ ਉਸ ਟਾਈਮ 2014 ਚ ਪੀਸ ਪ੍ਰਾਈਜ਼ ਮਿਲੇ ਇਹ ਯੰਗੇਸਟ ਹੋ ਕੇ ਸੋ ਐਤ ਕੀ ਵਾਲੀ ਹੋਗੀ ਨਰਗਿਸ ਮੁਹੰਮਦੀ ਠੀਕ ਹੈ ਜੀ ਸੋ ਇਹ ਗੱਲਾਂ ਤੁਸੀਂ ਯਾਦ ਰੱਖੋਗੇ ਸ਼ਾਬਾਸ਼ ਬਹੁਤ ਵਧੀਆ ਜੀ ਸੋ ਲੈਟਸ ਮੂਵ ਫਾਰਵਰਡ ਬੱਚੇਓ ਹੁਣ ਆ ਵੀ ਜਿਹੜਾ ਆਪਣਾ ਹੋ ਚੁੱਕਿਆ ਤੇ ਆਪਾਂ ਨੇ ਦੇਖ ਲਈ ਨਰਗਿਸ ਨਰਗਿਸ ਮੁਹੰਮਦੀ ਇਹਨਾਂ ਨੂੰ ਬੱਚੇ ਨੋਬਲ ਪ੍ਰਾਈਜ਼ ਪ੍ਰਾਈਜ਼ ਮਿਲ ਚੁੱਕਾ ਹੈ ਯਾਦ ਰੱਖ ਲਿਓ ਜੀ ਅੱਗੇ ਵਧਦੇ ਹੋਏ ਤੇ ਅੱਗੇ ਆ ਚੁੱਕੇ ਜੀ ਸਿੱਧਾ ਅਰਨਾਚਲ ਪ੍ਰਦੇਸ਼ ਦੇ ਵਿੱਚ ਜਾਵਾਂਗੇ ਅਰਨਾਚਲ ਪ੍ਰਦੇਸ਼ ਦੇ ਵਿੱਚ ਵਿੱਚ ਇੱਕ ਜਿਹੜਾ ਹੈ ਇੱਕ ਤਰੀਕੇ ਦੀ ਗਾਂ ਜੀ ਹੁੰਦੀ ਹੈ ਉਹਨੂੰ ਬਈ ਯਾਕ ਕਹਿੰਦੇ ਨੇ ਯਾਕ ਯਾਕ ਦੇ ਦੁੱਧ ਤੋਂ ਬਣਨੇ ਵਾਲੇ ਚੀਜ਼ ਪ੍ਰੋਡਕਟਸ ਜੀ ਦਾ ਨਾਮ ਬੱਚੇ ਕੀ ਹੈ ਯਾਕ ਚੁਰਪੀ ਉਹਨਾਂ ਦੀ ਲੈਂਗੁਏਜ ਵਿੱਚ ਆਂਧਰਾ ਪ੍ਰਦੇਸ਼ ਦੀ ਵੀ ਲੈਂਗੁਏਜ ਕੀ ਹੈ ਯਾਕ ਚੁਰਪੀ ਇਹਨੂੰ ਬੱਚੇ ਜੀਆਈ ਟੈਗ ਮਿਲ ਗਿਆ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਮਿਲ ਗਿਆ ਅਰਨਾਚਲ ਪ੍ਰਦੇਸ਼ ਦੇ ਯਾਕ ਚੁਰਪੀ ਨੂੰ ਯਾਕ ਚੁਰਪੀ ਓਕੇ ਜੀ ਯਾਕ ਚੁਰਪੀ ਆਫ ਅਰਨਾਚਲ ਪ੍ਰਦੇਸ਼ ਨੇਚਰਲੀ ਫਰਮੈਂਟਡ ਡੇਰੀ ਪ੍ਰੋਡਕਟਸ ਕ੍ਰਾਫਟਡ ਫਰਮ ਦਾ ਮਿਲਕ ਆਫ ਯਾਕਸ ਅਰਨ ਦਾ ਪ੍ਰੈਸਟੀਜੀਅਸ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਯਾਕ ਦੇ ਮਿਲਕ ਤੋਂ ਬਣਦਾ ਬੱਚੇ ਇਹ ਸਟੈਪਲ ਫੂਡ ਹੈ ਇਹ ਟ੍ਰਾਈਬਲ ਲੋਕਾਂ ਦਾ ਉੱਥੇ ਦਾ ਹਨਾ ਜੀ ਅਰਨਾਚਲ ਪ੍ਰਦੇਸ਼ ਕਿਉਂਕਿ ਦੇਖੋ ਅਰਨਾਚਲ ਪ੍ਰਦੇਸ਼ ਦੇ ਵਿੱਚ ਹਾਈਟਸ ਤੇ ਜਿਹੜਾ ਹੈ ਜ਼ਿਆਦਾ ਤੁਹਾਨੂੰ ਸਬਜ਼ੀਆਂ ਵਗੈਰਾ ਨਹੀਂ ਮਿਲਦੀਆਂ ਸੋ ਇੱਕ ਬਹੁਤ ਹੀ ਸਟੈਪਲ ਡਾਈਟ ਹੈ ਇਥੋਂ ਦੀ ਹਰ ਰੋਜ਼ ਦੇ ਹਿਸਾਬ ਨਾਲ ਯੂਜ਼ ਹੁੰਦਾ ਬੱਚੇ ਠੀਕ ਹੈ ਜੀ ਲਓ ਜੀ ਤੇ ਹੋਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਦੋ ਟਰਾਈਸ ਤੁਹਾਨੂੰ ਯਾਦ ਰੱਖਣੀਆਂ ਨੇ ਜਿਹੜੀਆਂ ਇਹਦਾ ਬਹੁਤ ਹੀ ਜ਼ਿਆਦਾ ਯੂਜ਼ ਕਰਦੇ ਨੇ ਉਹ ਕਿਹੜੀਆਂ ਨੇ ਬੱਚੇ ਬਰੋਕਪਾ ਤੇ ਮੋਂਪਾ ਟਰਾਈਸ ਬਰੋਕਪਾ ਤੇ ਮੋਂਪਾ ਟਰਾਈਸ ਵੈਸਟ ਕਮਿੰਗ ਜਾਂ ਕਮਿੰਗ ਏਰੀਆ ਦੀ ਤੇ ਤਵਾੰਗ ਡਿਸਟ੍ਰਿਕਟ ਦੀਆਂ ਬਾੜੀ ਜ਼ਿਆਦਾ ਚੁਰਪੀ ਤੇ ਰਿਲਾਇ ਕਰਦੀਆਂ ਨੇ ਕਿਉਂਕਿ ਬਹੁਤ ਹੀ ਵਧੀਆ ਆਲਟਰਨੇਟਿਵ ਹੈ ਵੈਜੀਟੇਬਲਸ ਦਾ ਉਹਨਾਂ ਦੀ ਡਾਈਟ ਦੇ ਵਿੱਚ ਠੀਕ ਹੈ ਜੀ ਸੋ ਇਸ ਕਰਕੇ ਬੱਚੇ ਯੋਕ ਚੁਰਪੀ ਨੂੰ ਮਿਲ ਚੁੱਕਿਆ ਹੈ ਜੀਆਈ ਟੈਗ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਗੱਲ ਰੱਖੋਗੇ ਯਾਦ ਸ਼ਾਬਾਸ਼ ਚਲੋ ਜੀ ਹਾਂ ਲੋ ਜੀ ਬੱਚਿਓ 让我们 ਮੂ ਫਾਰਵਰਡ ਤੇ ਅੱਗੇ ਦੇਖਦੇ ਆ ਬੱਚੇ ਅੱਗੇ ਆ ਜਾਂਦੀ ਇੱਕ ਮਿਸਾਈਲ ਮਿਸਾਈਲ ਦੀ ਖਾਸੀਅਤ ਕੀ ਹੈ ਜੀ ਮਿਸਾਈਲ ਹੈਗੀ ਕਿੰਨਾ ਦੀ ਪਹਿਲੀ ਤਾਂ ਇਹ ਤਾਂ ਦੇਖ ਲਿਆ ਰਸ਼ੀਆ ਦੀ ਮਿਸਾਈਲ ਹੈ ਮਿਸਾਲਾ ਆਉਂਦੀਆਂ ਰਹਿੰਦੀਆਂ ਨੇ ਇਹਦੇ ਚ ਸਜਾ ਕੀ ਖਾਸ ਹੈ ਬੱਚੇ ਕਿਉਂਕਿ ਇਹ ਨਿਊਕਲੀਅਰ ਪਾਵਰਡ ਹੈ ਪਹਿਲੀ ਗੱਲ ਦੂਜੀ ਗੱਲ ਲੋ ਐਂਟੀਟਿਊਡ ਤੇ ਉੜ ਸਕਦੀ ਹੈ ਤੀਜੀ ਗੱਲ ਕਲੇਮ ਕੀਤਾ ਜਾਂਦਾ ਹੈ ਵੀ ਜਿਹੜੀ ਇਹਦੀ ਰੇਂਜ ਹੈ that is of 20000 ਕਿਲੋਮੀਟਰ ਬੀ ਹਜ਼ਾਰ ਕਿਲੋਮੀਟਰ ਤੱਕ ਦੀ ਮਾਰ ਰਹੂਗੀ ਇਸ ਮਿਸਾਈਲ ਦੀ ਇਹ ਜੀ ਕਲੇਮ ਕੀਤਾ ਗਿਆ ਤੇ ਇੱਥੋਂ ਐਂ ਬਤਾ ਰਹੇ ਦਾ ਰਸ਼ੀਆ ਦੇ ਕਿਸੇ ਵੀ ਕੋਨੇ ਤੇ ਜੇ ਇਹਨੂੰ ਚਲਾਉਣਗੇ ਤਾਂ ਸਿੱਧਾ ਯੂਐਸ ਆ ਕੇ ਜਿਹੜੀ ਹੈ ਤਬਾਹੀ ਇਹ ਮਚਾ ਸਕਦੀ ਹੈ ਸੋ ਬਹੁਤ ਹੀ ਸਟੈਲਥ ਮਿਸਾਈਲ ਤੇ ਤਾਂ ਕਰਕੇ ਨਿਊਜ਼ ਵਿੱਚ ਬੱਚੇ ਨਾਮ ਕੀਆ ਬੁਰੇ ਵੈਸਟਨਿਕ ਮਿਸਾਈਲ ਬੁਰੇ ਵੈਸਟਨਿਕ ਬੁਰੇਵੇਸਤਨਿਕ ਮਿਸਾਈਲ ਬੱਚੇ ਯਾਦ ਰੱਖ ਲਿਓ ਰਸ਼ੀਆ ਦੀ ਨਿਊਕਲੀਅਰ ਮਿਸਾਈਲ ਕਹਿੰਦੇ ਕਿਸੇ ਵੀ ਟਾਰਗੇਟ ਤੇ ਰੀਚ ਕਰ ਜੂਗੀ ਯੂ ਐਸ ਦੇ ਵਿੱਚ ਅਸੀਂ ਭਾਵੇਂ ਜਿਹੜੇ ਮਰਜੀ ਖੋਨੇ ਜੋ ਛੱਡ ਦਈਏ ਕਿਉਂਕਿ ਜ਼ਬਰਦਸਤ ਮਿਸਾਈਲ ਹੈ ਬੱਚੇ ਨਾਟੋ ਵਾਲੇ ਬੱਚੇ ਇਹਨੂੰ ਪਤਾ ਕੀ ਕਹਿੰਦੇ ਨੇ ਬੁਰੇਵੇਸਤਨਿਕ ਮਿਸਾਈਲ ਨੂੰ ਕਹਿੰਦੇ ਭਾਈ ਇਹ ਸਕਾਈ ਫਾਲ ਹੈ ਆਸਮਾਨ ਤੋਂ ਡਿੱਗਣ ਵਾਲੀ ਕੋਈ ਚੀਜ਼ ਹੈ ਭਾਈ ਇਹ ਤਾਂ ਸਕਾਈ ਫਾਲ ਠੀਕ ਹੈ ਜੀ ਗਰਾਊਂਡ ਲਾਂਚ ਲੋ ਫਲਾਈਂਗ ਕਰੂਸ ਮਿਸਾਈਲ ਵਿਦ ਨਿਊਕਲੀਅਰ ਪ੍ਰੋਪਲਸ਼ਨ ਠੀਕ ਹੈ ਜੀ ਇਸ ਮਿਸਾਈਲ ਦਾ ਅਦਰ ਨੇਮ ਕੀਆ ਸਟਾਰਮ ਪੈਟਰਲ ਤੇ ਬੱਚੇ ਬਹੁਤ ਸਾਰੇ ਕਨਸਰਨਸ ਤੇ ਕੁਐਸਚਨਸ ਇਹਨੇ ਆਪਣੀ ਕੈਪੇਬਿਲਟੀ ਤੇ ਰਿਲਾਈਅਬਿਲਟੀ ਤੇ ਹਮੇਸ਼ਾ ਹੀ ਉੱਠਦੇ ਰਹੇ ਨੇ ਬੱਚੇ ਤੇ ਕਲੇਮ ਕੀਤਾ ਜਾਂਦਾ ਬੱਚੇ ਦੀ ਰੇਂਜ ਜਿਹੜੀ ਹੈ ਅਪ ਟੂ 20000 ਕਿਲੋਮੀਟਰ ਹੈ 20000 ਕਿਲੋਮੀਟਰ ਤੱਕ ਦੀ ਰੇਂਜ ਹੈ ਬੱਚੇ ਤੋਂ ਕਿਸੇ ਵੀ ਲੋਕੇਸ਼ਨ ਤੋਂ ਛੱਡਾਂਗੇ ਰਸ਼ੀਆ ਦੇ ਵਿੱਚ ਜਿਹੜੀ ਆ ਸਿੱਧਾ ਯੂਐਸ ਦੇ ਵਿੱਚ ਹਿੱਟ ਕਰਨ ਦੀ ਕੈਪੇਬਿਲਟੀ ਹੈ ਤੇ ਉਸ ਤੋਂ ਬਾਅਦ ਇਹ ਐਡੀਸ਼ਨਲੀ ਗੱਲ ਕੀਤੀ ਆਵੇ ਲੋ ਐਲਟੀਟਿਊਡ ਤੇ ਆਪਰੇਟ ਕਰਦੀ ਹੈ 50 ਤੋਂ 100 ਮੀਟਰ ਦੇ ਮਤਲਬ ਕਿ ਸਰਫੇਸ ਤੋਂ 50 ਤੇ 100 ਮੀਟਰ ਦੇ ਵਿੱਚ ਕਾਰ ਹੀ ਚੱਲ ਪੈਂਦੀ ਹੈ ਲੋਅ ਐਲਟੀਟਿਊਡ ਹੈ ਇਟ ਮੀਨਸ ਕਿ ਰਡਾਰ ਵੀ ਇਹਨੂੰ ਕੈਪਚਰ ਨਹੀਂ ਕਰ ਸਕਦੇ ਜਲਦੀ ਹਨਾ ਜੀ ਬਿਲਕੁਲ ਠੀਕ ਹੈ ਜੀ ਤੇ ਯੂਨਾਈਟਿਡ ਸਟੇਟਸ ਦੀ ਨੈਸ਼ਨਲ 에ਅਰ ਫੋਰਸ ਦੀ ਨੈਸ਼ਨਲ 에ਅਰ ਐਂਡ ਸਪੇਸ ਇੰਟੈਲੀਜੈਂਸ ਏਜੰਸੀ ਨੂੰ 2020 ਚ ਉਹਨੇ ਕਿਹਾ ਸੀ ਭਾਈ ਵੀ ਭਾਈ ਜਿਹੜੀ ਇਹ ਮਿਸਾਈਲ ਹੈ ਇਹਦੀ ਇੰਟਰ ਕੰਟੀਨੈਂਟਲ ਰੇਂਜ ਕੈਪੇਬਿਲਿਟੀ ਜਿਹੜੀ ਹੈ ਨਾ ਯੂਐਸਏ ਨੂੰ ਥੋੜਾ ਜਿਹਾ ਖਤਰਾ ਦਿੱਤਾ ਪਾਏ ਦੋਗੇ ਸੋ ਇਸ ਕਰਕੇ ਰਸ਼ੀਆ ਦੀ ਜਿਹੜੀ ਮਿਸਾਈਲ ਆ ਯਾਦ ਰੱਖ ਲਿਓ ਬੁਰਵੇ ਬੁਰੇ ਵੇਸਤਨਿਕ ਮਿਸਾਈਲ ਬੁਰੇ ਵੇਸਤਨਿਕ ਮਿਸਾਈਲ ਜਿਹਨੂੰ ਨਾਟੋ ਵਾਲੇ ਕਹ ਲੋ ਐਲਟੀਟਿਊਡ ਐਂਡ ਨਿਊਕਲੀਅਰ ਪ੍ਰੋਪਲਸ਼ਨ ਹੈ ਇਹ ਗੱਲਾਂ ਯਾਦ ਰੱਖਣੀ ਨੇ ਇਸ ਮਿਸਾਈਲ ਦੀਆਂ ਠੀਕ ਹੈ ਜੀ ਸ਼ਾਬਾਸ਼ ਗੁੱਡ ਮਾਰਨਿੰਗ ਪਰਮਿੰਦਰ ਬਾਮਰੇ ਔਰ ਨਾਰਥ ਕੋਰੀਆ ਨੇ ਤਾਂ ਐਵੇਂ ਹੀ ਨੇ ਉਹ ਹਜੇ ਪਿੱਛੇ ਨੇ ਬਸ ਉਹਨੂੰ ਤਾਂ ਇੰਬਸ ਰੀਡ ਕਰ ਲਿਆ ਕਰੋ ਹਨਾ ਜੀ ਲੈਟਸ ਮੂਵ ਫਾਰਵਰਡ ਅੱਗੇ ਦੇਖਦੇ ਆ ਬੱਚੋ ਇੱਕ ਨਿਊਕਲੀਅਰ ਪਾਵਰ ਉੱਤੇ ਜਿਹੜਾ ਇੱਕ ਨਿਊਜ਼ ਹੈ ਬਟ ਮੈਂ ਇੱਕ ਤੁਹਾਡੇ ਤੋਂ ਪਹਿਲਾਂ ਕੁਐਸਚਨ ਪੁੱਛਣਾ ਚਾਹੂੰਗਾ ਇੰਡੀਆ ਦਾ ਪਹਿਲਾ ਨਿਊਕਲੀਅਰ ਪਾਵਰ ਪਲਾਂਟ ਇੰਡੀਆ ਦਾ ਪਹਿਲਾ ਨਿਊਕਲੀਅਰ ਪਾਵਰ ਪਲਾਂਟ ਦਾ ਨਾਮ ਤੇ ਉਹ ਕਿੱਥੇ ਹੈ ਇਸਟੈਬਲਿਸ਼ ਕੀਤਾ ਗਿਆ ਸੀ ਮਿੰਨ ਤੋਂ ਪਹਿਲਾਂ ਇਸ YouTube ਸੈਸ਼ਨ ਦੇ ਚੈਨਲਾਂ ਉੱਤੇ ਮੈਂ 36 ਵਾਰ ਕਰਵਾਇਆ ਹੋਇਆ ਦੱਸੋ ਭਾਈ ਸ਼ਾਬਾਸ਼ ਤਾਰਾਪੁਰ ਮਹਾਰਾਸ਼ਟਰਾ ਤਾਰਾਪੁਰ ਮਹਾਰਾਸ਼ਟਰਾ ਦੇ ਵਿੱਚ ਬੱਚੇ ਜਿਹੜਾ ਆਪਣਾ ਇੰਡੀਆ ਦਾ ਪਹਿਲਾ ਨਿਊਕਲੀਅਰ ਪਾਵਰ ਪਲਾਂਟ ਲੱਗਿਆ ਸੀ ਦੂਜਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛੂੰਗਾ ਇੰਡੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਪਲਾਂਟ ਕਿਹੜਾ ਹੈ ਬੋਲੋ ਤਾਰਾ ਰਾਰਾ ਹੈ ਇੰਡੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਪਲਾਂਟ ਕਿਹੜਾ ਹੈ ਜੀ ਨਿਊਜ਼ ਤੇ ਪਵਾਜਾਂਗੇ ਪਰ ਮੈਨੂੰ ਨਾ ਦੱਸ ਦਿਓ ਕਾਕਰਾਪੁਰ ਨਹੀਂ ਹੈਗਾ ਕੁਡਨ ਕੁਲਮ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਡਾ ਠੀਕ ਹੈ ਜੀ ਸ਼ਾਬਾਸ਼ ਬਹੁਤ ਵਧੀਆ ਹੁਣ ਬੱਚੇ ਇਹ ਗੱਲ ਆਪਾਂ ਦੋ ਜਾਣਲੀਆਂ ਨੇ ਤੇ ਹੁਣ ਆਪਾਂ ਤੀਜੀ ਗੱਲ ਤੇ ਚੱਲਦੇ ਹਾਂ ਨਿਊਜ਼ ਦੇ ਵਿੱਚ ਆਉਂਦੇ ਆ ਬੱਚੇ ਬੰਗਲਾਦੇਸ਼ ਦੇ ਵਿੱਚ ਬੱਚੇ ਜਿਹੜਾ ਹੈ ਇੱਕ ਬਣਨ ਜਾ ਰਿਹਾ ਨਿਊਕਲੀਅਰ ਪਾਵਰ ਪਲਾਂਟ ਨਿਊਕਲੀਅਰ ਪਾਵਰ ਪਲਾਂਟ ਬਣਨ ਜਾ ਰਹੇ ਹਨ ਕੌਣ ਉਹਨੂੰ ਸਪੋਰਟ ਕਰੂਗਾ ਰੱਜੇ ਕਰੂਗਾ ਕਾਦੇ ਨਾਲ ਪੈਸਿਆਂ ਨਾਲ ਹੋਰ ਟੈਕਨੋਲੋਜੀ ਨਾਲ ਹੋਰ ਯੂਰੇਨੀਅਮ ਨਾਲ ਯੂਰੇਨੀਅਮ ਫਿਊਲ ਲੱਗਦਾ ਨਾ ਐਨਰਜੀ ਪ੍ਰੋਡਿਊਸ ਕਰਨ ਵਾਸਤੇ ਸੋ ਇਸ ਕਰਕੇ ਨਿਊਜ਼ ਵਿੱਚ ਸੀ ਕਿਉਂ ਕਹਿੰਦਾ ਰਸ਼ੀਆ ਨੇ ਬੱਚੇ ਯੂਰੇਨੀਅਮ ਡਿਲੀਵਰ ਕਰਤਾ ਹੈ ਬੰਗਲਾਦੇਸ਼ ਨੂੰ ਕਿਹੜਾ ਨਿਊਕਲੀਅਰ ਪਾਵਰ ਪਲਾਂਟ ਇਹਨਾਂ ਦਾ ਰੋਪੁਰ ਨਿਊਕਲੀਅਰ ਪਾਵਰ ਪਲਾਂਟ ਬਾਸ ਰੋਪੁਰ ਨਿਊਕਲੀਅਰ ਪਾਵਰ ਪਲਾਂਟ ਬੱਚੇ ਇਹ ਸਟੈਬਲਿਸ਼ ਕਰਨ ਜਾ ਰਹੇ ਹੈ ਬੰਗਲਾਦੇਸ਼ ਦੇ ਵਿੱਚ ਕੌਣ ਆਪਣਾ ਸੌਰੀ ਆਪਣਾ ਰਸ਼ੀਆ ਤੇ ਉਹਦੇ ਲਈ ਬੱਚੇ ਡਿਲੀਵਰੀ ਡਿਲੀਵਰ ਵੀ ਕਰਤਾ ਇਹਨਾਂ ਨੇ ਯੂਰੇਨੀਅਮ ਤੇਰੀ ਬੱਚੇ ਪ੍ਰੋਜੈਕਟ ਦੀ ਏਮ ਕੀ ਹੈ ਬੱਚੇ 2400 ਮੈਗਾਵਾਟ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨੀ ਹੈ ਹਾਂ ਜੀ ਜਿਹੜਾ ਬੱਚੇ ਕੌਣ ਕਰੂਗਾ ਕਿਹੜੀ ਕੰਪਨੀ ਕਰੂਗੀ ਰਸ਼ੀਆ ਦੀ ਰੌਸ ਆਇਟਮ ਇਹ ਵੀ ਗੱਲ ਬਹੁਤ ਜ਼ਰੂਰੀ ਆ ਬੇ ਰਸ਼ੀਆ ਦੀ ਕਿਹੜੀ ਕੰਪਨੀ ਆ ਬੱਚੇ ਜਿਹੜੀ ਪਲਾਂਟ ਨੂੰ ਫਾਈਨਾਂਸ ਕਰੂਗੀ ਕੰਸਟਰਕਟ ਕਰੂਗੀ ਰਸ਼ੀਆ ਦੀ ਰੌਸ ਆਇਟਮ ਤੇ ਬੱਚੇ ਇਲੈਕਟ੍ਰਿਸਿਟੀ ਇਸ ਕਪੈਸਿਟੀ ਨੇ ਪ੍ਰੋਵਾਈਡ ਕਰਨੀ ਆ ਪ੍ਰੋਕਸੀਮੇਟਲੀ 15 ਮਿਲੀਅਨ ਹਾਊਸਹੋਲਡ ਇਹ ਕਿੰਨਾ ਹੋ ਗਿਆ ਭਾਈ 1.5 ਕਰੋੜ ਡੇਢ ਕਰੋੜ ਲੋਕਾਂ ਤੱਕ ਬੱਚੇ ਬਿਜਲੀ ਪਹੁੰਚਣੀ ਆ ਇਹਦੇ ਨਾਲ ਇਸ ਕਰਕੇ ਵੀ ਇਸ ਗੱਲ ਨੂੰ ਤੁਸੀਂ ਯਾਦ ਰੱਖ ਲਿਓ ਵੀ ਰੋਪਰ ਨਿਊਕਲੀਅਰ ਪਾਵਰ ਸਟੇਸ਼ਨ ਕਿੱਥੇ ਹੈ ਜੀ ਇਹ ਬੰਗਲਾਦੇਸ਼ ਦੇ ਵਿੱਚ ਹੈ ਕੌਣ ਇਹਨੂੰ ਸਪੋਰਟ ਕਰੂਗਾ ਰਸ਼ੀਆ ਰਸ਼ੀਆ ਦੀ ਕਿਹੜੀ ਕੰਪਨੀ ਰੋਸ ਐਟਮ ਓਕੇ ਜੀ ਚੱਲ ਮੇਰੇ ਵੀਰੇ ਸੋ ਇਹ ਗੱਲਾਂ ਯਾਦ ਰੱਖਣੀਆਂ ਨੇ 11.38 ਬਿਲੀਅਨ ਡਾਲਰ ਦਾ ਪ੍ਰੋਜੈਕਟ ਹੈ ਬੱਚੇ ਇਹ ਇਹ ਲੱਗ ਚੁੱਕਿਆ ਯੂਰੇਨੀਅਮ ਵੀ ਡਿਲੀਵਰ ਕਰ ਦਿੱਤਾ ਹੈ ਇਸ ਕਰਕੇ ਇਸ ਨਿਊਜ਼ ਦੇ ਵਿੱਚ ਆਪਾਂ ਇਹ ਕੰਮ ਕਰਨਾ ਹੈ ਸੰਪਰਤੀ ਐਕਸਰਸਾਈਜ਼ ਹੋਈ ਹੈ ਬੱਚੇ ਕੱਲ ਪਰਸਵੀ ਹੋਈ ਹੈ ਬਿਲਕੁਲ ਜੀ ਬੰਗਲਾਦੇਸ਼ ਤੇ ਇੰਡੀਆ ਦੇ ਵਿੱਚ ਕੋਈ ਦੋਰਾ ਨਹੀਂ ਨੀ ਲਓ ਜੀ ਆਪਾਂ ਹੁਣ ਅੱਗੇ ਪਹੁੰਚਦੇ ਆ ਬੱਚੇ ਨੈਕਸਟ ਨਿਊਜ਼ ਤੇ ਆਪਾਂ ਚੱਲਦੇ ਆ ਨੈਕਸਟ ਨਿਊਜ਼ ਕੀ ਆ ਬੱਚੇ ਨੈਕਸਟ ਨਿਊਜ਼ ਜਿਹੜੀ ਹੈ ਉਹ ਇੱਕ ਹੈਗੀ ਆ ਬੱਚੇ ਅਵਾਰਡ ਕੈਟਾਗਰੀ ਦੀ ਨਿਊਜ਼ ਅਵਾਰਡ ਕੈਟਾਗਰੀ ਦੀ ਨਿਊਜ਼ ਹੈ ਬੱਚੇ ਤੇ ਇਸ ਅਵਾਰਡ ਕੈਟਾਗਰੀ ਦੇ ਵਿੱਚ ਬੱਚੇ ਕਿਹੜਾ ਅਵਾਰਡ ਹੈ ਸਾਹਿਤ ਅਕੈਡਮੀ ਬੱਚੇ ਦਿੰਦੀ ਆ ਬਾਲ ਸਾਹਿਤਿਏ ਪੁਰਸਕਾਰ ਬਾਲ ਸਾਹਿਤਿਏ ਪੁਰਸਕਾਰ ਤੇ ਕਿਹਨੂੰ ਮਿਲਿਆ ਦਲੀਪ ਨੌਂਗ ਮੈਥਨ ਨੂੰ ਦਲੀਪ ਨੌਂਗ ਮੈਥਮ ਨੂੰ ਬੱਚੇ ਇਹ ਅਵਾਰਡ ਮਿਲ ਗਿਆ ਜੀ ਬਾਲ ਸਾਹਿਤ્ય ਪੁਰਸਕਾਰ ਮਨੀਪੁਰੀ ਲੈਂਗੁਏਜ ਦੇ ਵਿੱਚ ਬੱਚੇ ਇਹਨਾਂ ਨੂੰ ਜਿਹੜੀ ਹੈ ਇਹ ਅਵਾਰਡ ਦਿੱਤਾ ਗਿਆ ਬਾਲ ਸਾਹਿਤ્ય ਪੁਰਸਕਾਰ ਬਾਲ ਬੱਚਿਆਂ ਨਾਲ ਸੰਬੰਧਿਤ ਬੱਚੇ ਇਹਨਾਂ ਨੇ ਬਹੁਤ ਸਾਹਿਤ ਲਿਖਿਆ ਕਾਫੀ ਮਸ਼ਹੂਰ ਨੇ ਮਨੀਪੁਰ ਲੈਂਗੁਏਜ ਦੇ ਵਿੱਚ ਇਹਨਾਂ ਨੇ ਆਪਣਾ ਸਾਹਿਤ ਲਿਖਿਆ ਜਾਤਰ ਇਸ ਕਰਕੇ ਇਹਨਾਂ ਨੂੰ ਮਿਲ ਚੁਕਾ ਹੈ ਬਾਲ ਸਾਹਿਤ ਪੁਰਸਕਾਰ ਨਾਮ ਹੈ ਜੀ ਦਲੀਪ ਨੌਂਗ ਮੈਥਮ ਦਲੀਪ ਨੌਂਗ ਮੈਥਮ ਠੀਕ ਹੈ ਜੀ ਫੇਮਸ ਕੰਮ ਕਿਹੜਾ ਬੱਚੇ ਇਹਨਾਂ ਦਾ ਜਿਹਦੇ ਲਈ ਇਹ ਮਿਲੇ ਇਹਨਾਂ ਨੂੰ ਇਬੇਮਾ ਅਮਾਸੂ ਨਗਾ ਬੇਮਾ ਉਹਨਾਂ ਦੀ ਲੈਂਗੁਏਜ ਕੁਛ ਹੋਣਾ ਬਟ ਸਿਲ ਤੁਸੀਂ ਦੇਖ ਲਿਓ ਬਾਕੀ ਜਿਹੜਾ ਅਵਾਰਡ ਹੈ ਇਹ ਬਾਈ ਲੈਂਗੁਏਜ ਜਿਹੜੀ ਆਪਣੇ 8ਵੇਂ ਸ਼ੈਡਿਊਲ ਚ ਨੇ ਉਹਦੇ ਵਿੱਚ ਤਾਂ ਮਿਲਣਗੇ ਮਿਲਣਗੇ ਉਸ ਤੋਂ ਇਲਾਵਾ ਇੰਗਲਿਸ਼ ਤੇ ਰਾਜਸਥਾਨੀ ਲੈਂਗੁਏਜ ਇਹਨਾਂ ਯਾਨੀ ਕਿ 24 ਲੈਂਗੁਏਜ ਹੋ ਗਈਆਂ ਟੋਟੇ 24 ਲੈਂਗੁਏਜ ਦੇ ਵਿੱਚ ਵਿੱਚ ਇਹ ਅਵਾਰਡ ਦਿੱਤਾ ਜਾ ਸਕਦਾ ਹੈ ਬਾਲ ਸਾਹਿਤਿਆ ਪੁਰਸਕਾਰ ਕਿਹਨੂੰ ਮਿਲ ਗਿਆ ਜੀ ਦਲੀਪ ਨੌਂਗ ਮੈਥਨ ਨੂੰ ਠੀਕ ਹੈ ਜੀ ਸੋ ਇਹ ਗੱਲਾਂ ਤੁਸੀਂ ਯਾਦ ਰੱਖਣੇ ਉਸ ਤੋਂ ਬਾਅਦ ਆਪ ਅੱਗੇ ਵਧਦੇ ਹਾਂ ਬੱਚੇ ਐਸ ਬੀ ਆਈ ਸਟੇਟ ਬੈਂਕ ਆਫ ਇੰਡੀਆ स्टेट बैंक ऑफ इंडिया ने बच्चे एक नया डिवाइस जड़ा है लॉन्च किया है हैंड हेल्ड डिवाइस जब मैं आपा कह रही है, 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 है जी आ ਤੁਹਾਡਾ ਫੋਨ ਹੈ ਹੈਨਾ ਇਹਦੇ ਫੋਨ ਨਾਲ ਅਟੈਚ ਹੋ ਜਾਊਗਾ ਉਹ ਮਕਸਦ ਕੀ ਹੈ ਉਹਦਾ ਮੇਨ ਮਕਸਦ ਹੈ ਬੱਚੇ ਉਹਦਾ ਫਾਈਨੈਂਸ਼ੀਅਲ ਇਨਕਲੂਜਨ ਕਰਨਾ ਫਾਈਨੈਂਸ਼ੀਅਲ ਇਨਕਲੂਜਨ ਕਰਨਾ ਬੱਚੇ ਉਹਦਾ ਮੇਨ ਮਕਸਦ ਹੈ एसबीएन ਇੰਟਰੋਡਿਊਸ ਕੀਤਾ ਹੈ ਮੋਬਾਈਲ ਹੈਂਡ ਹੈਲਡ ਡਿਵਾਈਸ ਟੂ ਡਰਾਈ ਫਾਈਨੈਂਸ਼ੀਅਲ ਇਨਕਲੂਜਨ ਠੀਕ ਹੈ ਜੀ ਸੋ ਮੇਨ ਮੇਨ ਇਹਦਾ ਕੰਮ ਕੀ ਹੈ ਬੱਚੇ ਕਹਿੰਦੇ ਵੀ ਬਹੁਤ ਜੜ ਜਿਹੜੇ ਕੋਰ ਏਰੀਆਸ ਨੇ ਜਿੱਥੇ ਬਾਲੇ ਗੂੜੇ ਪਿੰਡ ਨੇ ਉੱਥੇ ਜਿਹੜੇ ਹਨਾ ਏਟੀਐਮ ਨੇ ਬੈਂਕਿੰਗ ਦੇ ਬ੍ਰਾਂਚੇਸ ਨੇ ਤਾਂ ਉੱਥੇ ਜਿਹੜੇ ਬੀਸੀ ਨੇ bizness correspondence ਹੁੰਦੇ ਨੇ ਜਿਹੜੇ ਬੈਂਕਾਂ ਦੇ ਜਿਹੜੇ ਕਿ ਡੋਰ ਟੂ ਡੋਰ ਜਾ ਕੇ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਉਹਨਾਂ ਕੋਲ ਜਾ ਕੇ ਉਹ ਮਸ਼ੀਨ ਦੇ ਨਾਲ ਹੀ ਉਹਨਾਂ ਤੋਂ ਚੀਜ਼ਾਂ ਕਰਵਾ ਲੈਣੀ ਆ ਇਹ ਮੇਨ ਮਕਸਦ ਹੈ ਜੀ ਇਹਦਾ ਹੈਂਡਹੈਲਡ ਡਿਵਾਈਸ ਦਾ ਠੀਕ ਹੈ ਜੀ ਐਸਬੀ ਨੇ ਇੰਟਰੋਡਿਊਸ ਕੀਤਾ ਮੋਬਾਈਲ ਹੈਂਡਹੈਲਡ ਡਿਵਾਈਸ ਫੋਰ ਫਾਈਨੈਂਸ਼ੀਅਲ ਇਨਕਲੂਜ਼ਨ ਤਾਂ ਕਿ ਫਾਈਨੈਂਸ਼ੀਅਲ ਇਨਕਲੂਜ਼ਨ ਹੋਰ ਵੀ ਵਧ ਸਕੇ ਹਨਾ ਜੀ ਕਹਿੰਦਾ ਜੀ ਪੂਰੀ ਤਰ੍ਹਾਂ ਰੈਵੋਲੂਸ਼ਨਾਈਜ਼ ਕਰ ਦੂ ਹਣਾ ਜੀ ਕਹਿੰਦੇ ਕਿਉਂਕਿ ਕਸਟਮਰ ਦੇ ਡੋਰ ਸਟੈਪ ਤੇ ਜਾ ਕੇ ਸਰਵਿਸਿਜ਼ ਪ੍ਰੋਵਾਈਡ ਕਰਿਆ ਕਰਾਂਗੇ ਇਹ ਜਿਹੜਾ ਮੋਬਾਈਲ ਹੈਂਡਹੈਲਡ ਡਿਵਾਈਸ ਆ ਬੱਚੇ ਇਨੀਸ਼ੀਅਲੀ ਇਹ ਪੰਜ ਕੋਰ ਬੈਂਕਿੰਗ ਸਰਵਿਸਿਜ਼ ਪ੍ਰੋਵਾਈਡ ਕਰੂਗਾ ਜਿਵੇਂ ਕੈਸ਼ ਵਿਡਰੋਅਲ ਹੋ ਗਿਆ ਕੈਸ਼ ਡਿਪੋਜ਼ਿਟ ਹੋ ਗਿਆ ਫੰਡ ਟ੍ਰਾਂਸਫਰ ਹੋ ਗਿਆ ਬੈਲੈਂਸ ਇਨਕੁਆਇਰੀ ਹੋ ਗਈ ਤੇ ਮਿਨੀ ਸਟੇਟਮੈਂਟ ਆਹੀ ਜਿਹੜੇ ਪੰਜ ਕੰਮ ਨੇ ਬੱਚੇ 75% ਹੁੰਦੇ ਨੇ ਠੀਕ ਹੈ ਜੀ ਸੋ ਆਹ ਵਾਲਾ ਕੰਮ ਬੱਚੇ ਇਹਨਾਂ ਨੇ ਕਰ ਦਿੱਤਾ ਠੀਕ ਹੈ ਜੀ ਇਹ ਵਾਲਾ ਕੰਮ ਬੱਚੇ ਇਹਨਾਂ ਨੇ ਕਰ ਦਿੱਤਾ ਤੇ SBI ਨੇ ਹੈਂਡਹੈਲਡ ਡਿਵਾਈਸ ਜਿਹੜੀ ਆ ਲਾਂਚ ਕਰ ਦਿੱਤੀ ਐ ਸ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਹੈ ਬੱਚਿਓ ਵੀ ਜਿਹੜਾ SBI ਨੇ ਜਮੇ ਹੁਣ ਕਹਿ ਰਿਹਾ ਲਾਈਟ ਬਿਲਕੁਲ ਠੀਕ ਹੈ ਜੀ ਇੱਕ ਟਰਾਂਜ਼ਿਟ ਕਾਰਡ ਵੀ ਲਾਂਚ ਕੀਤਾ ਸੀਗਾ SBI ਨੇ ਇਹੀ ਕੀਤਾ ਸੀਗਾ ਇੰਡੀਆ ਦਾ ਨੇਸ਼ਨ ਦਾ ਪਹਿਲਾ ਟਰਾਂਜ਼ਿਟ ਕਾਰਡ ਸੀਗਾ ਹਨਾ ਸ਼ਾਬਾਸ਼ ਬਹੁਤ ਵਧੀਆ ਲਓ ਜੀ ਹੁਣ ਆਪਾਂ ਅੱਗੇ ਵਧਦੇ ਹਾਂ ਬੱਚਿਓ ਆ ਵੀ ਨਿਊਜ਼ ਆਪਣੀ ਕੰਪਲੀਟ ਹੋ ਚੁੱਕੀ ਹੈ ਲੈਟਸ ਮੂਵ ਫਾਰਵਰਡ ਤੇ ਅੱਗੇ ਦੇਖਦੇ ਹਾਂ ਕੀ ਹੈ ਬੱਚੇ ਨੋਕੀਆ ਨੋਕੀਆ ਦੇ ਫੋਨ ਆਉਂਦੇ ਹੁੰਦੇ ਸੀ 680 ਪਹਿਲਾਂ ਨਾ 680 ਤਾਂ ਬਾਈ ਪਤਾ ਨਹੀਂ ਹਰੇ ਹਰੇ ਕ ਬੱਚੇ ਦਾ ਡਰੀਮ ਹੀ ਹੁੰਦਾ ਸੀ ਵੀ ਕਦੇ ਸਾਨੂੰ ਮਿਲ ਜਵੇ 680 ਹਣਾ ਬਟ ਸਟਿਲ ਕਿਸੇ ਕਿਸੇ ਦੀ ਜਿੰਦਗੀ ਦੇ ਵਿੱਚ ਹੀ ਆਇਆ ਉਹ ਬਾਕੀ 33 10 ਸਾਰਿਆਂ ਨੇ ਲੈਤਾ ਸੀ 33 10 ਮੇਰੇ ਕੋਲ ਵੀ ਹੁੰਦਾ ਸੀ ਟੱਟ ਹੁੰਦੀ ਸੀ ਟੱਟ ਟੁੱਟਦੀ ਨਹੀਂ ਸੀ ਸੋ ਬੱਚੇ ਨੋਕੀਆ ਨੇ 6G ਲੈਬ ਫੈਸਿਲਿਟੀ ਓਪਨ ਕੀਤੀ ਕਿੱਥੇ ਕੀਤੀ ਹੈ ਬੈਂਗਲੋਰੂ ਦੇ ਵਿੱਚ ਨੋਕੀਆ ਦੀ 6G ਲੈਬ ਫੈਸਿਲਿਟੀ 6G ਨੂੰ ਬੱਚੇ ਯੂਜ਼ ਕਰਨਗੇ ਹੁਣ ਅਸੀਂ 5G ਹੋ ਗਿਆ 5 ਹੀ ਚੱਲ ਰਿਹਾ 6G ਤੇ ਰਿਸਰਚ ਸਟਾਰਟ ਹੋ ਚੁੱਕੀ ਹੈ ਬੱਚੇ ਤੇ ਬਹੁਤ ਹੀ ਜ਼ਿਆਦਾ ਫਾਸਟ ਇੰਟਰਨੈਟ ਹੋ ਜੂਗਾ ਹੋਰ ਬਹੁਤ ਚੀਜ਼ਾਂ ਹੋ ਜਾਣਗੀਆਂ ਸੋ ਨੋਕੀਆ ਓਪਨ ਕਰ ਰਿਹਾ ਬੱਚੇ 6G ਲੈਬ ਫੈਸਿਲਿਟੀ ਕਿੱਥੇ ਕਰ ਰਿਹਾ ਇਹ ਜਰੂਰੀ ਜਾਣਣਾ ਹੈ ਬੱਚੇ ਬੰਗਲੌਰੂ ਦੇ ਵਿੱਚ ਬੰਗਲੌਰ ਦੇ ਵਿੱਚ ਬੱਚੇ ਇਹ ਓਪਨ ਕੀਤਾ ਜਾਊਗਾ ਗੱਲ ਯਾਦ ਰੱਖ ਲਿਓ 6G ਲੈਬ ਫੈਸਿਲਿਟੀ ਠੀਕ ਹੈ ਜੀ 6G ਰਿਸਰਚ ਲੈਬਰੇਟਰੀ ਖੋਲੋਣਾ ਨਿਕਲ ਜਾ ਰਹੀ ਹੈ ਬੱਚੇ ਬੰਗਲੌਰੂ ਦੇ ਵਿੱਚ ਠੀਕ ਹੈ ਜੀ ਤੇ ਇਹਦੀ ਬੱਚੇ ਜਿਹੜੀ ਵਰਚੁਅਲ ਸੈਰੇਮਨੀ اٹੈਂਡ ਕੀਤੀ ਆ ਆਪਣੇ ਟੈਲੀਕਮ ਮਿਨਿਸਟਰ ਅਸ਼ਵਨੀ ਵੈਸ਼ਵਨਾਮ ਨੇ ਫਰਸਟ ਆਫ ਇਟਸ ਕਾਈਂਡ ਪ੍ਰੋਜੈਕਟ ਹੈ ਬੱਚੇ revolutionize ਕਰ ਦੂਗਾ ਜਮੇ ਤੁਸੀਂ ਚੀਜ਼ਾਂ ਨੂੰ ਦੇਖਦੇ ਹੋ ਜਿਹਦੀ ਜਿਹੜੀ ਸਭ ਤੋਂ ਬੈਸਟ ਚੀਜ਼ ਬਤਾ ਕੀ ਹੈ ਦੀ ਇਹਦੀ ਰਿਸਰਚ ਦੇ ਵਿੱਚ that is ਨੈਟਵਰਕ ਐਜ਼ ਅ ਸੈਂਸਰ ਜਮੇ ਤੁਸੀਂ ਕੋਈ ਫੋਨ ਯੂਜ਼ ਕਰਦੇ ਹੋ ਹਨਾ ਨੈਟਵਰਕ ਤਾਂ ਅੱਡੀ ਚੀਜ਼ ਹੁੰਦਾ ਉਸ ਤੋਂ ਬਾਅਦ ਇਲਾਵਾ ਲੈਂਦਾ ਉਹ ਚ ਸੈਂਸਰ ਹੁੰਦੇ ਨੇ ਪਰ 6g ਦੀ ਬੱਚੇ ਰਿਸਰਚ ਦੇ ਵਿੱਚ ਇਹ ਗੱਲ ਕਿਤੇ ਉਹ ਵੀ ਨੈਟਵਰਕ ਜਿਹੜਾ ਹੈ ਉਹੀ ਸੈਂਸਰ ਹੈ ਐਜ਼ ਅ ਸੈਂਸਰ ਵੀ ਕੰਮ ਕਰੂਗਾ ਨੈਟਵਰਕ ਐਜ਼ ਅ ਸੈਂਸਰ ਕੰਮ ਕਰੂਗਾ ਇਸ ਕਰਕੇ ਇਸ ਟੈਕਨੋਲੋਜੀ ਦੀ ਇਹ ਸਭ ਤੋਂ ਖਾਸ ਗੱਲਬਾਤ ਹੋਗੀ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਬਾਕੀ ਓਵਰਆਲ ਤੁਸੀਂ ਸਭ ਤੋਂ ਮੇਨ ਚੀਜ਼ बस ਇਹ ਯਾਦ ਰੱਖਣੀ ਹੈ ਕਿ ਨੋਕੀਆ ਨੇ ਆਪਣੀ 6G ਲੈਫਿਲਿਟੀ ਖੋਲੀ ਹੈ ਜਿਹੜੀ ਉਹ ਕਿੱਥੇ ਹੈ ਜੀ ਵੈਨਿਊ ਕੀ ਹੈ ਬੈਂਗਲੁਰੂ ਇਹ ਜਿਹਿਆਂ ਨਿਊਜ਼ ਦੇ ਵਿੱਚ ਸਿੱਧਾ ਵੈਨਿਊ ਹੀ ਪੁੱਛਿਆ ਜਾਂਦਾ ਹੁੰਦਾ ਹੈ ਠੀਕ ਹੈ ਜੀ ਚੱਲ ਮੇਰੇ ਵੀਰੇ ਬੱਸ ਚ ਬੈਠੇ ਬੈਠੇ ਨਰਵ ਰੋੜ ਜਾਂਦਾ ਜੀ ਬੱਸ ਫੇ ਥੋੜੇ ਸੈਂਸਰ ਵੀ ਉੱਡ ਜਾਣੇ ਆ ਚਲੋ ਜੀ ਹੁਣ ਅੱਗੇ ਵਧਦੇ ਆਂ ਬੱਚਿਓ ਸਿੰਪਲ ਨਿਊਜ਼ ਆਪਣੀ ਖਤਮ ਹੋ ਚੁੱਕੀ ਹੈ ਬੱਚਿਓ ਉਸ ਤੋਂ ਪੱਗੇ ਦੇਖਦੇ ਆਂ ਅੱਗੇ ਕੀ ਅੱਗੇ ਨਿਊਜ਼ ਚ ਆ ਰਿਹਾ ਹੈ ਬੱਚੇ ਆਪਣਾ ਆਰਬ monetary policy ਆਪਣੀ ਅੱਜ ਦੀ ਇਹ ਲਾਸਟ ਨਿਊਜ਼ ਹੈ ਰਿਜ਼ਰਵ ਬੈਂਕ ਆਫ ਇੰਡੀਆ ਜਿਹਦੀ ਸਥਾਪਨਾ ਬੱਚੇ 1934 ਵਿੱਚ ਕੀਤੀ ਗਈ ਹੈ ਆਰਬੀਏ ਐਕਟ ਦੇ ਅਧੀਨ ਤੇ ਆਰਬੀਆਈ ਨੇ ਬੱਚੇ ਰਿਵੀਲ ਕਰ ਦਿੱਤੀ ਚੌਥੀ ਇਹ ਸਾਲ ਦੀ ਚੌਥੀ 22 ਮਨਥਲੀ ਦੋ ਮਹੀਨੇ 'ਚ ਇੱਕ ਵਾਰ ਕੀਤੀ ਜਾਂਦੀ ਹੈ ਬੱਚੇ ਮੋਨਟਰੀ ਪਾਲਿਸੀ ਮੋਨਟਰੀ ਪਾਲਿਸੀ ਬੱਚੇ ਜਿਹੜੀ ਹੈ ਉਹ ਲਾਂਚ ਕਰ ਦਿੱਤੀ ਗਈ ਹੈ ਉਹਨੂੰ ਅਨਵੀਲ ਕਰ ਦਿੱਤਾ ਗਿਆ ਤੇ ਦੇਖਦੇ ਹਾਂ ਵੀ ਸਾਰੇ ਰੇਟ ਕੀ ਕੀ ਰੱਖੇ ਨੇ ਇਹਨਾਂ ਨੇ ਹਨਾ ਜੀ 22 ਮਨਥਲੀ ਮੋਨਟਰੀ ਪਾਲਿਸੀ ਓਪਨ ਹੋ ਚੁੱਕੀ ਹੈ ਤੇ ਜਿਹੜੀ ਆ ਮੋਨਟਰੀ ਪਾਲਿਸੀ ਕਮੇਟੀ ਹੁੰਦੀ ਹੈ ਬੱਚੇ 6 ਮੈਂਬਰ ਕਮੇਟੀ ਹੁੰਦੀ ਹੈ 6 ਮੈਂਬਰ ਕਮੇਟੀ ਹੁੰਦੀ ਹੈ 6 ਮੈਂਬਰਸ ਜਿਹਨੂੰ ਚੇਅਰ ਕੌਣ ਕਰਦਾ ਹੈ ਸ਼ਕਤੀ ਕੰ ਦਾ ਦਾਸ ਜਿਹੜੇ ਕਿ ਆਪਣੇ ਗਵਰਨਰ ਨੇ ਲੋ ਜੀ ਜੇ ਆਪਾਂ ਦੇਖੀਏ ਕਹਿੰਦਾ ਸੈਂਟਰਲ ਬੈਂਕ ਨੇ ਡਿਸਾਈਡ ਕੀਤਾ ਕਿ ਭਾਈ ਰੈਪੋ ਰੇਟ 6.50% ਹੀ ਰਹੂਗਾ ਜਿਹਨੂੰ ਆਪਾਂ ਰੀਪਰਚੇਸ ਐਗਰੀਮੈਂਟ ਵੀ ਕਹਿੰਦੇ ਆ ਫਾਈਨੈਂਸ਼ੀਅਲ ਇਜ਼ ਇਅਰ 2024 ਕਹਿੰਦੇ ਜੀ 6.5% ਦੀ ਦਰ ਨਾਲ ਵਧੂਗਾ ਠੀਕ ਹੈ ਜੀ ਰੈਪੋ ਰੇਟ ਕਿੰਨਾ 6.50% ਸਟੈਂਡਿੰਗ ਡਿਪੋਜ਼ਿਟ ਫੈਸਿਲਿਟੀ ਕਿੰਨੀ ਹੈ ਜੀ 6.25% ਮਾਰਜਨਲ ਸਟੈਂਡਿੰਗ ਫੈਸਿਲਿਟੀ ਰੇਟ ਕਿੰਨੀ ਹੈ 6.75% ਬੈਂਕ ਰੇਟ ਕਿੰਨਾ 6.75% ਫਿਕਸਡ ਰਿਜ਼ਰਵ ਰੇਪੋ ਰੇਟ ਕਿੰਨਾ ਜੀ 3.75 35% ਕੈਸ਼ ਰਿਜ਼ਰਵ ਰੇਸ਼ੋ 4.50% ਸਟੈਚੂਟਰੀ ਲਿਕুইਡਿਟੀ ਰੇਸ਼ੋ 18% ਸੋ ਬੱਚੇ ਆਹ ਡਾਟੇ ਨੇ ਜਿਹੜੇ ਤੁਹਾਨੂੰ ਯਾਦ ਕਰਨੇ ਨੇ ਯਾਦ ਕਰਨੇ ਨੇ ਤੇ ਬੇਸਿਕਲੀ ਇਹ ਇਹਦੇ ਅਰਾਊਂਡ ਹੀ ਰਹਿੰਦੇ ਨੇ 2 ਮਹੀਨੇ ਬਾਅਦ ਚੇਂਜ ਹੋ ਜਾਂਦਾ ਹੁੰਦਾ ਸਭ ਤੋਂ ਲੇਟੈਸਟ ਵਾਲ ਆਪਾਂ ਦੇਖਣਾ ਹੁੰਦਾ ਪੇਪਰ ਤੋਂ ਪਹਿਲਾਂ ਵੀ ਸਭ ਜਮੇ ਪੇਪਰ ਜਮੇ ਤੁਸੀਂ ਕਹਿ ਲੋ ਵੀ ਅ ਨਵੰਬਰ ਚ ਆਇਆ ਫਿਰ ਆਪਾਂ ਨੇ ਅਕਤੂਬਰ ਵਾਲਾ ਜਿਹੜਾ ਹੈ ਦੇਖਣਾ ਸਭ ਤੋਂ ਲੇਟੈਸਟ ਵਾਲਾ ਦੇਖਣਾ ਹੁੰਦਾ ਨਾ ਜਿਹੜੇ ਬੱਚਿਆਂ ਨੂੰ ਐ ਨਹੀਂ ਪਤਾ ਵੀ ਰੈਪੋ ਰੇਟ ਕੀ ਹੁੰਦਾ ਰਿਵਰਸ ਰੈਪੋ ਰੇਟ ਕੀ ਹੁੰਦਾ ਸਿਗਾਰਾ ਤੇ ਐਸਐਲਆਰ ਕੀ ਹੁੰਦਾ ਬੱਚੇ ਇਹ ਥੋੜੀ ਇਕਨੋਮਿਕਸ ਦਾ ਪਾਰਟ ਹੈ ਜਿਹੜੇ ਪੱਕਾ ਕਲਾਸਿਸ ਵਿੱਚ ਵਗੈਰਾ ਕਰਦੇ ਆ ਬਾਕੀ ਕਿਸੇ ਦਿਨ ਮੈਂ ਵੀ ਤੁਹਾਨੂੰ ਟਾਈਮ ਕੱਢ ਕੇ ਕਰਵਾ ਦਊਗਾ ਟੈਨਸ਼ਨ ਕੋਈ ਨਹੀਂ ਠੀਕ ਹੈ ਜੀ ਕਰਵਾ ਸਕਦਾ ਮੈਂ ਲੋ ਜੀ ਕਰਾ ਮੈਂ ਸਭ ਕੁਝ ਸਕਦਾ ਲੋ ਜੀ ਹੁਣ ਅੱਗੇ ਵਧਦੇ ਆ ਬੱਚਿਓ ਅੱਗੇ ਵਧਦੇ ਆ ਤੇ ਇਹਦੀ ਮੋਨਟਰੀ ਪਾਲਿਸੀ ਕਮੇਟੀ ਦੀ ਕੰਪੋਜੀਸ਼ਨ ਦੇਖ ਲਈਏ ਇੱਕ ਵਾਰੀ ਆਰਬੀ ਐਕਟ ਮੋਨਟਰੀ ਪਾਲਿਸੀ ਕਮੇਟੀ ਦੀ 6 ਮੈਂਬਰ ਇਹਦੇ ਵਿੱਚ ਹੁੰਦੇ ਨੇ ਜਿਹੜੀ ਇਨੌਗਰਲ ਐਮ ਪੀ ਸੀ ਸੀ ਮੋਨਟਰੀ ਪਾਲਿਸੀ ਕਮੇਟੀ ਸੀ ਬੱਚੇ ਸਤੰਬਰ 29 2016 ਨੂੰ ਬੱਚੇ ਇਹ ਬਣਾਈ ਗਈ ਸੀ ਠੀਕ ਹੈ ਜੀ ਸੋ ਇਹ ਗੱਲਾਂ ਯਾਦ ਰੱਖਣੀਆਂ ਨੇ ਲਓ ਜੀ ਲੈ ਮੇਰੇ ਪਿਆਰੇ ਵਿਦਿਆਰਥੀਓ ਇੱਥੇ ਤੱਕ ਬੱਚੇ ਆਪਣੇ ਸਾਰੇ ਅੱਜ ਦੇ ਕਰੰਟ ਅਫੇਅਰ ਜਿਹੜੇ ਨੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਸਾਰੇ ਕੰਪਲੀਟ ਹੋ ਗਏ ਅੱਜ ਕੱਲ ਦਾ ਫੈਕਚੁਅਲੀ ਨਿਊ ਚੱਲ ਰਹੀਆਂ ਨੇ ਕਦੇ-ਕਦੇ ਹੁੰਦਾ ਹੈ ਕਈ-ਕਈ ਵਾਰੀ ਜਮ ਨਹੀਂ ਕੁਝ ਆਉਂਦਾ ਹੁੰਦਾ ਅਜੇ ਤੱਕ ਬੱਚੇ ਜ਼ਿਆਦਾਤਰ ਫੈਕਚੁਅਲ ਨਿਊਜ਼ੇ ਚੱਲ ਰਹੇ ਕਵਲ ਜੇ ਮੈਂ फटाफट ਤੋਂ ਨੋ ਰਿਵਾਈਜ਼ ਕਰਵਾ ਦਵਾਂ ਵੀ ਆਪਾਂ ਨੇ ਅੱਜ ਕੀਤਾ ਕੀ ਹੈ ਜੀ 7 ਅਕਤੂਬਰ ਨੂੰ ਦਾ ਬੱਚੇ ਪੈਨੂੰ ਪਤਾ ਲੱਗਿਆ ਸੀਗਾ ਕਿ ਐਸੀ ਕੀ ਕੀਤਾ ਸੀ ਵਰਲਡ ਕਾਟਨ ਡੇ ਕੀਤਾ ਸੀਗਾ ਆਪਾਂ ਥੀਮ ਬਣਾਈ ਸੀ ਮੇਕਿੰਗ ਕਾਟਨ ਫੇਅਰ ਐਂਡ ਸਸਟੇਨੇਬਲ ਫੋਰ 올 ਫਰਮ ਫਾਰਮ ਟੂ ਫੈਸ਼ਨ ਤੇ ਕਿੰਡ ਇੰਡੀਆ ਦੀ ਪਹਿਲੀ ਹਾਈ ਟੈਕ ਸਪੋਰਟਸ ਟ੍ਰੇਨਿੰਗ ਸੈਂਟਰ ਫੋਰ ਦਿਵਿਆਂਗ ਜਨ ਖੁੱਲੇਗਾ ਐਮਪੀ ਦੇ ਵਿੱਚ ਬੱਚੇ ਮੱਧਿਆ ਪ੍ਰਦੇਸ਼ ਦੇ ਵਿੱਚ ਨੂੰ ਖੋਲਿਆ ਗਿਆ ਤੇ ਫਿਰ ਦੇਖਿਆ ਜੀਆਈਸੀ ਰੀ ਦੇ ਜੀਆਈਸੀ ਰੇ ਦੇ ਚੇਅਰਮੈਨ ਤੇ ਮੈਨੇਜਰ ਡਾਇ ਏਸ਼ੀਅਨ ਚ ਫਿਰ ਆ ਤਿੰਨ ਬੰਦੇ ਆਪਣੇ ਆਰਚਰੀ ਕੰਪਾਉਂਡ ਜਿੱਤ ਗਏ ਕੰਪਾਉਂਡ ਟੀਮ ਦੇ ਵਿੱਚ ਜਿੱਤ ਗਏ ਫਿਰ ਇੰਡੀਵਿਜੂਅਲ ਲੈਵਲ ਤੇ ਜੋਤੀ ਸਰੇਖਾ ਬੈਨਮ ਜਿੱਤ ਗਈ ਤੇ ਇੰਡੀਵਿਜੂਅਲ ਲੈਵਲ ਤੇ 우ਜਸ ਦਿਓਤਲ ਜਿੱਤ ਗਿਆ ਸਿਲਵਰ ਜਿੱਤ ਗਿਆ ਅਭਿਸ਼ੇਕ ਵਰਮਾ ਤੇ ਆਪਣੀ ਸਤਵਿਕ ਤੇ ਚਿਰਾਗ ਦੀ ਜੋੜੀ ਜਿਹੜੇ ਫਾਈਨਲ ਚ ਪਹੁੰਚ ਗਏ ਸਿਲਵਰ ਪੱਕਾ ਹੀ ਆ ਤੇ ਪੱਕਾ ਇੰਡੀਆ ਦੀ ਜਿਹੜੀ ਕਬੱਡੀ ਟੀਮ ਹੈ ਊਮਨ ਵਾਲੀ ਉਹਨਾਂ ਨੇ ਵੀ 골ਡ ਮੈਡਲ ਜਿੱਤ ਲਿਆ ਤੇ ਆਪਾਂ ਦੇਖਿਆ JioMart ਦੇ ਨਵੇਂ ਬ੍ਰਾਂਡ ਐਂਬੈਸਡਰ ਕੌਣ ਨੇ MS ਧੋਨੀ ਜੀ ਤੇ ਆਪਾਂ ਨੋਬਲ ਪੀਸ ਪ੍ਰਾਈਜ਼ ਦੀ ਗੱਲ ਕੀਤੀ ਅਰੁਣਾਚਲ ਪ੍ਰਦੇਸ਼ਾ ਯੱਕ ਚੁਰਪੀ ਬਣ ਚੁੱਕਿਆ ਬੱਚੇ ਉਹਨੂੰ ਰਸੀਵ ਹੋ ਕਰ ਲਿਆ ਉਹਨੇ ਜੀਆਈ ਟੈਗ ਤੇ ਉਸ ਤੋਂ ਬਾਅਦ ਆਪਾਂ ਦੇਖੀ ਸੀ ਮਿਸਾਈਲ ਰਸ਼ੀਆ ਦੀ ਮਿਸਾਈਲ ਜਿਹਦਾ ਨਾਮ ਸੀ ਬੁਰੇ ਵੈਸਤ੍ਰਿਕ ਮਿਸਾਈਲ ਬੁਰੇ ਵੈਸਤ੍ਰਿਕ ਮਿਸਾਈਲ ਬੱਚੇ ਜਿਹੜੀ ਬਹੁਤ ਹੀ ਜ਼ਬਰਦਸਤ ਮਿਸਾਈਲ ਹੈ ਉਸ ਤੋਂ ਬਾਅਦ ਨੇ ਪੱਗੇ ਦੇਖਿਆ ਸੀਗਾ ਜੀ ਰੋਪਰ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਬੱਚੇ ਯੂਕਰੇਨ ਸਪੋਰਟ ਕਰ ਰਿਹਾ ਯੂਕਰੇਨ ਕਹੀ ਜਾਂਦਾ ਮੈਂ ਬਾਰ-ਬਾਰ ਰਸ਼ੀਆ ਸਪੋਰਟ ਕਰ ਰਿਹਾ ਤੇ ਯੂਰੇਨੀਅਮ ਵੀ ਟ੍ਰਾਂਸਫਰ ਕਰਤਾ ਉਹਨਾਂ ਨੇ ਠੀਕ ਹੈ ਜੀ 11 ਮਿਲੀਅਨ ਡਾਲਰ ਰੁਪਿਆ ਲੱਗੂਗਾ ਬਾਲ ਸਾਇਤ ਤੇ ਪ एसबीएन इंट्रोड्यूस ਕਰਤਾ ਪਹਿਲਾ ਹੈਂਡ ਹੈਲਡ ਡਿਵਾਈਸ ਫਾਈਨੈਂਸ਼ੀਅਲ ਇਨਕਲੂਜਨ ਕਰਨ ਵਾਸਤੇ ਫਿਰ ਨੋਕੀਆ ਨੇ 6G ਲੈ ਫੈਸਿਲਿਟੀ ਓਪਨ ਕੀਤੀ ਕਿੱਥੇ ਕੀਤੀ ਹੈ ਬੰਗਲੌਰ ਚ ਕੀਤੀ ਹੈ ਹੈ ਫਿਰ ਆਪਾਂ ਦੇਖਿਆ ਜੀ 22 ਮੰਥਲੀ ਮੋਨਟਰੀ ਪਾਲਿਸੀ ਜਿਹੜੀ ਹੈ ਹੋ ਗਈ ਹੈ ਸੋ ਥੀਸ ਆਰ ਦਾ ਡਾਟਾਸ ਜਿਹੜੇ ਤੁਹਾਨੂੰ ਇੱਕ ਵਾਰ ਨਜ਼ਰ ਚੋਂ ਕੱਢਣੇ ਨੇ ਲਓ ਮੇਰੇ ਪਿਆਰੇ ਵਿਦਿਆਰਥੀਓ ਸੋ ਇਹਦੇ ਨਾਲ ਤੁਹਾਡਾ ਅੱਜ ਦਾ ਜਿਹੜਾ ਸਿੱਧੂ ਦਾ ਸ਼ੋ ਕਰੰਟ ਅਫੇਅਰ ਜਿਹੜਾ ਹੈ ਬੱਚੇ ਖਤਮ ਹੋ ਜਾਂਦਾ ਹੈ ਥੈਂਕ ਯੂ ਸੋ ਮਚ ਫॉर ਅਟੈਂਡਿੰਗ ਬੱਚਿਓ ਐਵੇਂ ਆਪਾਂ ਕਰਦੇ ਰਹਿਵਾਂਗੇ ਹਰ ਰੋਜ਼ ਹੌਲੀ ਹੌਲੀ ਚੀਜ਼ਾਂ ਆਪਣੇ ਆਪ ਟਰੈਕ ਤੇ ਆਉਂਦੀਆਂ ਰਹਿਣਗੀਆਂ। ਥੈਂਕ ਯੂ ਸੋ ਮੱਚ ਸਾਰੇ ਪਿਆਰੇ ਵਿਦਿਆਰਥੀਆਂ ਨੂੰ ਬਾਏ ਬਾਏ ਸ਼ਬਕ ਹੈ। ਨਮਸਕਾਰ ਗੁਰਬਚਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਧੰਨਵਾਦ।